ਸਾਡੇ ਵਿਦਿਆਰਥੀਆਂ ਨੂੰ ਆਪਣੀਆਂ ਬਲੈਸਿੰਗ ਦੇ। ਸਰਦਾਰ ਭਗਵਾਨ ਸਿੰਘ ਜੀ ਮਹਾਨ। ਵਿੱਦਿਆ ਦੇ ਇਸ ਬਹੁਤ ਵੱਡੇ ਮੰਦਿਰ ਦੇ ਵਿੱਚ ਸੁਸ਼ੋਭਿਤ ਸ਼ਖਸੀਅਤਾਂ ਜਿਨ੍ਹਾਂ ਦੇ ਵਿੱਚ ਸਮਾਜਿਕ, ਰਾਜਨੀਤਿਕ, ਧਾਰਮਿਕ ਸ਼ਖਸੀਅਤਾਂ ਨੇ, ਬਰਨਾਲਾ ਸ਼ਹਿਰ ਦੀਆਂ ਪ੍ਰਿੰਸੀਪਲ ਸਾਹਿਬਾ ਅਤੇ ਉਹਨਾਂ ਦਾ ਪੂਰਾ ਸਟਾਫ ਅਤੇ ਬਹੁਤ ਹੀ ਪਿਆਰੇ ਪਿਆਰੇ ਬੱਚੇ। ਸਭ ਤੋਂ ਪਹਿਲਾਂ ਤਾਂ ਮੈਂ ਅੱਜ ਬਾਲ ਦਿਵਸ 'ਤੇ, ਚਿਲਡਰਨ ਡੇ 'ਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹੁੰਦਾ। ਅੱਜ ਤੁਹਾਡਾ ਦਿਨ ਹੈ। ਵੈਸੇ ਤਾਂ ਹਰ ਰੋਜ਼ ਹੀ ਦਿਨ ਹੁੰਦੇ ਨੇ, ਇਹ ਕਿਸੇ ਵੈਸਟਰਨ ਕਲਚਰ 'ਚੋਂ ਬਣਾ ਲਿਆ। ਕਹਿੰਦੇ ਮਦਰਸ ਡੇ ਉਹ ਮਨਾਉਂਦੇ ਆ ਗੋਰੇ, ਮਦਰਸ ਡੇ ਅਸੀਂ ਮਨਾਉਣ ਲੱਗ ਗਏ। ਮੈਂ ਕਿਹਾ ਜੀ ਸਾਡੇ ਤਾਂ ਰੋਜ਼ ਹੀ ਮਦਰ ਡੇ ਹੁੰਦੇ ਆ, ਤੜਕੀ ਮਾਂ ਥੱਪੜ ਮਾਰ ਕੇ ਠਾਉਂਦੀ ਹੈ ਵੀ ਸਕੂਲ ਵਾਸਤੇ ਤਿਆਰ ਹੋਣਾ, ਹੱਥ ਨੇ ਥੱਪੜ ਮਾਰ ਕੇ ਸਮਾਉਂਦੀ ਹੈ ਵੀ ਸੌ ਜਾ ਨਹੀਂ ਮਾਂ ਆਯੂ। ਸੋ ਸਾਡਾ ਤਾਂ ਰੋਜ਼ ਹੀ ਮਦਰ ਡੇ ਹੈ, ਰੋਜ਼ ਹੀ ਮਦਰ ਡੇ ਹੈ। ਸੋ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ, ਖਾਸ ਤੌਰ 'ਤੇ ਇੰਤਜ਼ਾਮੀਆ ਕਮੇਟੀ ਜਿਹੜੀ ਸਕੂਲ ਦੀ, ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਮਾਣ ਸਤਿਕਾਰ ਦਿੱਤਾ ਹੈ। ਮੇਰੀ ਆਪਣੀ ਟੀਮ ਦੇ ਮੈਂਬਰ ਮੀਤ ਹੇਰ ਜੀ ਜਿਹੜੇ MLA ਨੇ ਇੱਥੋਂ, ਸੋ ਉਹਨਾਂ ਦਾ ਵੀ ਧੰਨਵਾਦ ਹੈ ਔਰ ਉਹਨਾਂ ਦੀ ਸਾਰੀ ਟੀਮ ਦਾ। ਇਹ ਕੋਈ ਰਾਜਨੀਤਿਕ ਮੰਚ ਨਹੀਂ ਹੈਗਾ, ਮੈਂ ਕੋਈ ਰਾਜਨੀਤਿਕ ਗੱਲ ਨਹੀਂ ਕਰੂੰਗਾ, ਉਹਦੇ ਵਾਸਤੇ ਕਦੇ ਫਿਰ ਕਿਤੇ ਹੋਰ ਸਟੇਜ ਲਾ ਲਾਂਗੇ। ਅੱਜ ਕੁਛ ਹੋਰ ਤਰ੍ਹਾਂ ਦੀਆਂ ਗੱਲਾਂ ਕਰਾਂਗੇ ਜਿਹੜੀਆਂ ਸ਼ਾਇਦ ਤੁਸੀਂ ਨਾ ਸੁਣੀਆਂ ਹੋਣ। ਬੜਾ ਵਧੀਆ ਅਮਨਦੀਪ ਜੀ ਬੋਲ ਕੇ ਗਏ, ਬੰਦਾ ਜਿੱਡੇ ਮਰਜ਼ੀ ਉਹਦੇ 'ਤੇ ਪਹੁੰਚ ਜੇ, ਜੋ ਮਰਜ਼ੀ ਬਣ ਜੇ, ਉਹ ਆਪਣੇ ਦੋਸਤਾਂ ਤੋਂ, ਆਪਣੇ ਮਾਪਿਆਂ ਤੋਂ ਅਤੇ ਆਪਣੇ ਟੀਚਰਾਂ ਤੋਂ ਕਦੇ ਵੱਡਾ ਨਹੀਂ ਹੋ ਸਕਦਾ। ਆਪ ਵੱਡਾ ਹੋ ਜਾਏ ਉਹਦਾ ਵੱਜੇ, ਪਰ ਜਿਨ੍ਹਾਂ ਨੇ ਉਹਨੂੰ ਬੇਸ ਦਿੱਤਾ ਹੈ, ਜਿਹੜਿਆ ਦਰਖਤ ਨੇ ਇਹ ਬਹੁਤ ਉੱਚੇ ਚਲੇ ਗਏ, ਪਰ ਇਹ ਆਪਦੇ ਮਾਲੀ ਤੋਂ ਵੱਡੇ ਨਹੀਂ ਹੋ ਸਕਦੇ ਜਿਨ੍ਹਾਂ ਨੇ ਉਹਨਾਂ ਨੂੰ ਲਾਇਆ। ਔਰ ਤੁਸੀਂ ਬਹੁਤ ਕਿਸਮਤ ਵਾਲੇ ਹੋ ਕਿ ਤੁਹਾਡੇ ਕੋਲ, ਮੈਂ ਬੱਚਿਆਂ ਨੂੰ ਖਾਸ ਤੌਰ 'ਤੇ ਕਹਿ ਰਿਹਾ, ਕਿ ਤੁਹਾਨੂੰ ਇੰਨਾ ਕਾਬਿਲ ਸਟਾਫ ਮਿਲਿਆ ਜਿਹੜੇ, ਚਾਹੇ ਲੜਨਾ ਪਵੇ ਕਿਸੇ ਪੋਲੀਟੀਸ਼ੀਅਨ ਨਾਲ, ਚਾਹੇ ਉਹਦੀਆਂ ਮਿਹਨਤਾਂ ਕਰਨੀਆਂ ਪੈਣ ਵੀ ਕੁਛ ਨਾ ਕੁਛ ਸਕੂਲ ਵਾਸਤੇ ਲੈ ਆਈਏ। ਮੈਂ ਖੁਦ ਇੱਕ ਸਰਕਾਰੀ ਟੀਚਰ ਦਾ ਬੇਟਾ, ਮੇਰੇ ਪਿਤਾ ਜੀ ਸਰਦਾਰ ਮਹਿੰਦਰ ਸਿੰਘ MA BSc B.Ed. ਸਾਇੰਸ ਮਾਸਟਰ ਸੀ। ਮੈਂ ਖੁਦ ਮਾਹੌਲ ਦੇਖਿਆ ਹੋਇਆ ਸਕੂਲਾਂ ਦਾ, ਸਰਕਾਰੀ ਸਕੂਲ ਵਾਲੇ ਹਾਂ ਅਸੀਂ ਵੀ। ਦੇਖੋ ਮੈਨੂੰ ਕਈ ਵਾਰੀ ਪੁੱਛ ਲੈਂਦੇ ਨੇ ਪੱਤਰਕਾਰ ਕਿ ਜੀ ਬਚਪਨ ਬਾਰੇ ਕੀ ਦੱਸੋਗੇ, ਕਿੱਥੇ ਬੀਤਿਆ? ਮੈਂ ਕਿਹਾ ਜੀ ਮਾਲਵੇ ਦੇ ਠੇਠ ਪਿੰਡ ਸਤੌਜ ਦੇ ਵਿੱਚ ਬਚਪਨ ਬੀਤਿਆ, ਜਿੱਥੇ ਇੰਨੀ ਮਿੱਟੀ, ਇੰਨਾ ਰੇਤਾ ਹੁੰਦਾ ਹੈ
ਔਰ ਖੇਡਦੇ ਰੇਤੇ 'ਚ ਰਹੇ ਹਾਂ ਵੀ ਆਥਣੇ ਜੇ ਸਕੀ ਮਾਂ ਨੂੰ ਵੀ ਦੋ ਤਿੰਨ ਜਵਾਕਾਂ ਦੇ ਮੂੰਹ ਧੋ ਕੇ ਪਤਾ ਲੱਗਦਾ ਸੀ ਸਾਡੇ ਵਾਲਾ ਕਿਹੜਾ ਇਹਨਾਂ 'ਚੋਂ। ਮੈਂ ਕਿਹਾ ਜੀ ਉੱਥੇ ਬੀਤਿਆ। ਕਹਿੰਦੇ ਜੀ ਫਿਰ ਸ਼ਰਾਰਤਾਂ। ਮੈਂ ਕਿਹਾ ਜੀ ਫਿਰ ਬਚਪਨ ਕਾਹਦਾ ਹੋਇਆ ਜਿਹਦੇ 'ਚ ਸ਼ਰਾਰਤੀ ਨਾ ਹੋਈ। ਹਾਂ, ਸ਼ਰਾਰਤਾਂ ਕਿਸੇ ਨੂੰ ਨੁਕਸਾਨ ਨਾ ਕਰਨ ਪਰ। ਸੋ ਮੈਸਾਂ ਚਾਰਦਾ ਬਚਪਨ, ਔਰ ਮੈਸਾਂ ਦੀਆਂ ਪੂਛਾਂ ਫੜ ਕੇ ਟੋਪਿਆਂ 'ਚ ਤੈਰਾਕੀ ਸਿੱਖਣ ਵਾਲਾ ਬਚਪਨ ਰਿਹਾ ਜੀ। ਕਿਸੇ ਕੋਚ ਨੇ ਨਹੀਂ ਸਿਖਾਏ। ਜੇ ਕੁਦਰਤੀ ਕਿਤੇ ਅਸੀਂ ਹੁਣ ਡਰਦੇ ਹਾਂ, ਜੇ ਕਿਤੇ ਪੂਛ ਛੁੱਟ ਜਾਂਦੀ ਫਿਰ ਕਿਤੇ ਜਾਂਦੇ। ਸੋ ਟਰੈਕਟਰ ਚਲਾਉਂਦਾ ਬਚਪਨ, ਫਸਲ ਖੇਤੀ ਕਰਦਾ ਬਚਪਨ, ਖੇਤਾਂ ਨੂੰ ਪਾਣੀ ਲਾਉਂਦਾ ਬਚਪਨ। ਸਰਕਾਰੀ ਸਕੂਲ 'ਚ ਪੜ੍ਹਦੇ ਹੁੰਦੇ ਸੀ, ਤਿੰਨ ਸਕੂਲਾਂ 'ਚ ਪੜ੍ਹਿਆ ਮੈਂ, ਪਹਿਲੀ ਤੋਂ ਲੈ ਕੇ ਛੇਵੀਂ ਤੱਕ ਸਤੌਜ, ਕਿਉਂਕਿ ਮੇਰੇ ਪਿਤਾ ਜੀ ਧੋਲਾਵਾਲ ਪੜ੍ਹਾਉਂਦੇ ਸੀ, ਨਾਲ ਹੀ ਪਿੰਡ ਹੈ ਧੋਲਾਵਾਲ। ਫਿਰ ਸੱਤਵੀਂ ਤੋਂ ਲੈ ਕੇ ਸੱਤਵੀਂ ਅੱਠਵੀਂ ਧੋਲਾਵਾਲ, ਅਤੇ ਨੌਵੀਂ ਦਸਵੀਂ ਛੇਵੀਂ। ਹੁਣ ਜਿਹੜਾ ਟੀਚਰ ਦਾ ਬੇਟਾ ਹੁੰਦਾ ਨਾ, ਉਹਦੀ ਇੱਕ ਬਹੁਤ ਵੱਡੀ ਉਹਦੀ ਵਿਚਾਰੀ ਦੀ ਸਮੱਸਿਆ ਹੁੰਦੀ ਹੈ, ਕਿਸੇ ਨੇ ਸੁਣੀ ਨਹੀਂ ਹਜੇ ਤੱਕ। ਉਹਦੇ ਕੁੱਟ ਬਹੁਤ ਪੈਂਦੀ ਹੁੰਦੀ ਹੈ। ਉਹਦਾ ਇੱਕ ਕਾਰਨ ਹੁੰਦਾ ਹੈ ਕਿ ਮੈਂ ਹੁਣ ਚੀਮੇ ਪੜ੍ਹਦਾ, ਬਾਪੂ ਜੀ ਧੋਲਾਵਾਲ ਪੜ੍ਹਾਉਂਦੇ ਨੇ, ਤਨਖਾਹ ਲੈਣ ਇਕੱਠੇ ਗਏ ਜਾਂਦੇ ਨੇ, ਉਹੀ ਪੁੱਛ ਲੈਂਦੇ ਕਿਵੇਂ ਹੈ ਸਾਡੇ ਵਾਲਾ, ਹਿੰਦੀ 'ਚੋਂ ਕਮਜ਼ੋਰ ਹੈ, ਕੱਲ੍ਹ ਨੂੰ ਖਿੱਚ ਦਿਓ। ਆਉਣ ਸਾਰ ਹਿੰਦੀ ਵਾਲੇ ਨੇ ਕਹਿਣਾ ਕੰਨ ਫੜ ਲਾ। ਮੈਂ ਤਾਂ ਕੁਛ ਕਿਹਾ ਹੀ ਨਹੀਂ, ਕੰਨ ਫੜ ਲਾ ਤੇਰੇ ਬਾਪੂ ਨੇ ਕਿਹਾ ਸੀ ਲੈ ਨਾ। ਮਤਲਬ ਟੀਚਰਾਂ ਦੇ ਬੱਚੇ ਉਹ ਬੱਚੇ ਹੁੰਦੇ ਨੇ ਜਿਹੜੇ ਫਰਮਾਇਸ਼ 'ਤੇ ਕੁੱਟੇ ਜਾ ਸਕਦੇ ਨੇ। ਫਿਰ ਜਿਹੜਾ ਟੀਚਰ ਕੁੱਟਦਾ ਹੋਵੇ ਜਾਂ ਬਿਲਕੁਲ ਹਿੱਲਣ ਵੀ ਨਾ ਦਿੰਦਾ ਹੋਵੇ ਕਲਾਸ 'ਚ, ਉਹਦੇ ਨਾਲ ਫਿਰ ਬੱਚਿਆਂ ਦਾ ਥੋੜ੍ਹਾ ਜਿਹਾ ਪਿਆਰ ਜਿਹੜਾ ਵੱਧ ਜਾਂਦਾ, ਅਤੇ ਉਹਦੇ ਬਾਰੇ ਫਿਰ ਦੁਆਵਾਂ ਚੱਲ ਪੈਂਦੀਆਂ ਨੇ ਵੀ ਰੱਬ ਕਰੇ ਅੱਜ ਅੰਗਰੇਜ਼ੀ ਵਾਲੀ ਭੈਣ ਜੀ ਨੂੰ ਤਾਪ ਚੜ੍ਹ ਜੇ। ਅੰਗਰੇਜ਼ੀ ਵਾਲੀ ਭੈਣ ਜੀ ਖੜੀ ਨੇ। ਪਰ ਸੁਣਿਆ ਕਹਿੰਦੇ ਜਿਹੜਾ ਰੱਬ ਦਾ ਬੱਚਾ ਸੁਣ ਲੈਂਦਾ, ਇਸ ਮਾਮਲੇ 'ਚ ਰੱਬ ਨੇ ਕਦੇ ਨਹੀਂ ਸੁਣੀ, ਸਭ ਤੋਂ ਪਹਿਲਾਂ ਹੋ ਗਿਆ ਅੰਗਰੇਜ਼ੀ ਵਾਲੀ। ਸੋ ਕਿਉਂਕਿ ਸਕੂਲ 'ਚ ਬੈਠੇ ਹਾਂ ਔਰ ਚਿਲਡਰਨ ਡੇ ਹੈ, ਸੋ ਮੈਂ ਅੱਜ ਕਿਸੇ ਹੋਰ ਤਰੀਕੇ ਨਾਲ ਮੈਂ ਤੁਹਾਨੂੰ ਦੱਸਿਆ ਬੋਲੂੰਗਾ। ਪਰ ਇੱਕ ਗੱਲ ਬਾਅਦ 'ਚ ਪਤਾ ਲੱਗਦੀ ਹੈ ਹੌਲੀ ਹੌਲੀ ਜਾ ਕੇ, ਕਿ ਜਿਵੇਂ ਕਹਿੰਦੇ ਮਾਂ ਦੀਆਂ ਗਾਲਾਂ ਘਿਓ ਦੀਆਂ ਨਾਲਾਂ, ਉਵੇਂ ਟੀਚਰ ਦੀਆਂ ਗਾਲਾਂ ਵੀ ਦੇਸੀ ਘਿਓ ਦੀਆਂ ਨਾਲਾਂ ਉਹੀ ਬਣਾਉਂਦੀਆਂ ਫਿਰ ਅੱਗੇ। ਹਾਂ ਯਾਰ, ਉਹ ਯਾਰ ਉਦੋਂ ਤਾਂ ਬਹੁਤ ਐਂ ਲੱਗਦਾ ਸੀ ਯਾਰ ਕਿਉਂ ਕੁੱਟਦੇ ਆ,
ਪਰ ਫਿਰ ਕੁੱਟਣਾ ਬਣਦਾ ਵੀ ਸੀ ਯਾਰ, ਵੀ ਆਪਾਂ ਕੰਮ ਨਹੀਂ ਕਰਦੇ ਸੀ ਜਾਂ ਕੋਈ ਉਹ ਨਹੀਂ ਸੀ। ਸੋ ਬੱਚੋ, ਮੈਂ ਕੰਧਾਂ 'ਤੇ ਲਿਖਿਆ ਦੇਖਿਆ ਅੱਜ ਦੇ ਬੱਚੇ ਕੱਲ੍ਹ ਦੇ ਨੇਤਾ, ਹੈ ਨਾ। ਵਿੱਦਿਆ ਮਨੁੱਖ ਦਾ ਤੀਜਾ ਨੇਤਰ ਹੈ। ਹੁਣ ਤੁਹਾਡੇ 'ਚ ਹੀ ਲੀਡਰ ਬੈਠੇ ਹੈ, ਤੁਹਾਡੇ 'ਚ ਹੀ ਭਵਿੱਖ ਦੇ ਅਫਸਰ ਬੈਠੇ ਹੈ, ਜਿਸ ਤਰ੍ਹਾਂ ਅਮਨਦੀਪ ਜੀ ਕਹਿ ਕੇ ਗਿਆ, ਤੁਹਾਡੇ 'ਚ ਹੀ ਜੱਜ ਬੈਠੇ ਹੈ, ਤੁਹਾਡੇ 'ਚ ਹੀ ਵਕੀਲ ਬੈਠੇ ਹੈ। ਸੋ ਜੇ ਬੇਸ ਤੁਸੀਂ ਬੇਸ ਨਹੀਂ, ਜੇ ਨੀਂਹ ਵਧੀਆ ਹੋ ਜਾਏ ਨਾ, ਫਿਰ ਬਿਲਡਿੰਗ ਜ਼ਿਆਦਾ ਦੇਰ ਚੱਲਦੀ ਹੈ। ਜਦੋਂ ਆਪਾਂ ਇੱਟਾਂ ਲੈਣ ਜਾਂਦੇ ਹਾਂ ਬਿਲਡਿੰਗ ਬਣਾਉਣੀ ਆ, ਕੋਈ ਘਰ ਬਣਾਉਣਾ ਜਾਂ ਕੋਈ ਕੋਈ ਬਿਲਡਿੰਗ ਬਣਾਉਣੀ ਹੈ, ਭੱਠੇ ਵਾਲੇ ਨੂੰ ਇਹ ਕਹਿੰਦੇ ਹਾਂ ਯਾਰ ਰੁਪਈਆ ਭਾਵੇਂ 2 ਰੁਪਈਏ ਮਹਿੰਗੀ ਲਾ ਲਈ, ਯਾਰ 2 ਜਾਂ 100 ਮਿੰਟ ਨਾ ਦੇ, ਨੀਂਹ 'ਚ ਲਾਉਣੇ ਯਾਰ। ਨੀਂਹ ਜਿਹੜੀਆਂ ਇੱਟਾਂ ਲੱਗ ਗਈਆਂ ਤਾਂ ਉੱਪਰ ਵਾਲੀਆਂ ਇੱਟਾਂ ਜਿਹੜੀਆਂ ਆਪਾਂ ਨੂੰ ਦਿਖਦੀਆਂ ਨੇ, ਉਹਨਾਂ ਦੀ ਕੁਆਲਿਟੀ ਅਪ ਔਰ ਡਾਊਨ ਹੋ ਸਕਦੀ ਹੈ, ਕਿਉਂਕਿ ਉਹਨਾਂ ਤੋਂ ਰੰਗ ਵੀ ਕੀਤਾ ਜਾ ਸਕਦਾ। ਸਭ ਤੋਂ ਵਧੀਆ ਇੱਟਾਂ ਉਹ ਨੇ ਜਿਹੜੀਆਂ ਆਪਾਂ ਨੂੰ ਦੇਖਦੀਆਂ ਨਹੀਂ, ਕਿਉਂਕਿ ਨੀਂਹ 'ਚ ਨੇ। ਸੋ ਜਿਹੜੀ ਬਿਲਡਿੰਗ ਦੀ ਨੀਂਹ ਵਧੀਆ ਧਰੀ ਗਈ, ਉਹ ਬਿਲਡਿੰਗ ਫਿਰ ਚੱਲਦੀ ਹੈ, ਜ਼ਿਆਦਾ ਦੇਰ ਚੱਲਦੀ ਹੈ। ਸੋ ਤੁਸੀਂ ਇੱਥੇ ਨੀਹਾਂ ਬਣਾਉਣ ਆਏ ਹੋ, ਮਰਜ਼ੀ ਤੁਹਾਡੀ ਹੈ। ਇੱਟਾਂ ਤੁਹਾਡੇ ਮੂਹਰੇ ਪੜ੍ਹਾਈ ਦੇ ਰੂਪ 'ਚ ਪਈਆਂ ਨੇ, ਕਿਹੜੀਆਂ ਚੱਕਣੀਆਂ ਨੇ, ਕਿਉਂਕਿ ਤੁਸੀਂ ਫਿਊਚਰ ਦੇ ਵਿੱਚ ਆਪਣੀ ਤਰੱਕੀ ਦੀਆਂ ਬਿਲਡਿੰਗਾਂ ਦੀਆਂ ਨੀਹਾਂ ਦੇ ਵਿੱਚੋਂ ਇੱਟਾਂ ਲਾਉਣੀਆਂ ਨੇ। ਮੈਂ 7ਵੀਂ 'ਚ ਪੜ੍ਹਦਾ ਸੀ, ਉਦੋਂ ਮੈਂ ਬਾਪੂ ਜੀ ਨਾਲ ਹੀ ਸਾਈਕਲ 'ਤੇ ਜਾਂਦਾ ਸੀ ਸਕੂਲ, ਉਹਨਾਂ ਨਾਲ ਹੀ ਸਾਰੀ ਛੁੱਟੀ ਵੇਲੇ ਆ ਜਾਂਦਾ ਸੀ। ਸਾਡੇ ਪੰਜਾਬੀ ਵਾਲੀ ਮੈਡਮ ਨੇ 7ਵੀਂ ਕਲਾਸ 'ਚ ਇੱਕ ਹਾਊਸ ਟੈਸਟ ਜਿਹਾ ਲਿਆ। ਮੈਡਮ ਆਪਣੇ ਆਪ ਕੱਟੂ ਤੋਂ ਹੀ ਨੇ, ਮੈਡਮ ਅਮਰ ਕੌਰ ਦਾ ਨਾਮ। ਕਹਿੰਦੇ ਵੀ ਫੀਸ ਮਾਫੀ ਦੀ ਅਰਜ਼ੀ ਲਿਖੋ। ਫੀਸ ਮਾਫੀ ਦੀ ਅਰਜ਼ੀ ਆਪਾਂ ਹੁਣ ਜਿਹੜੀ ਯਾਦ ਕਰਦੇ ਹਾਂ ਉਹੀ ਹੁੰਦੀ ਹੈ MBD ਜਾਂ ਸਵਰਨ ਨੂੰ ਪੂਜੀਆਂ ਜਾਂ ਹੁੰਦੀਆਂ ਸੀ ਉਹਨਾਂ ਨੇ। ਸੇਵਾ ਵਿਖੇ ਕੌਮਾਂ ਸ਼੍ਰੀਮਾਨ ਮੁੱਖ ਅਧਿਆਪਕ ਕੌਮਾਂ ਸਰਕਾਰੀ ਮਿਡਲ ਸਕੂਲ ਤੋਲਾਵਾਲ ਡੰਡੀ ਉਦਵਾ ਸ਼੍ਰੀਮਾਨ ਜੀ ਪਾਮਾ। ਮੇਰਾ ਨਾਮ ਭਗਵੰਤ ਸਿੰਘ ਹੈ, ਮੈਂ 7ਵੀਂ ਕਲਾਸ ਦਾ ਵਿਦਿਆਰਥੀ ਹਾਂ। ਮੈਂ 6ਵੀਂ ਕਲਾਸ ਵਿੱਚੋਂ ਫਸਟ ਆਇਆ ਸੀ, ਮੈਂ 7ਵੀਂ ਕਲਾਸ ਵਿੱਚੋਂ ਵੀ ਅੱਵਲ ਆਵਾਂਗਾ। ਪਰ ਸਾਡੇ ਘਰ ਦੇ ਹਾਲਾਤ ਬਹੁਤ ਖਰਾਬ ਹਨ। ਮੇਰੇ ਪਿਤਾ ਜੀ ਇੱਕ ਚਪੜਾਸੀ ਹਨ, ਉਹਨਾਂ ਦੀ ਅਸੀਂ 3 ਭੈਣ ਭਾਈ ਹਾਂ, ਉਹਨਾਂ ਦੀ ਤਨਖਾਹ ਨਾਲ ਸਾਡੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਚੱਲਦਾ ਹੈ। ਉਹ ਮੇਰੇ ਸਕੂਲ ਦੀ ਫੀਸ ਭਰਨ ਦੇ ਅਸਮਰਥ ਹਨ, ਇਸ ਲਈ ਕਿਰਪਾ ਕਰਕੇ ਮੇਰੀ ਪੂਰੀ ਦੀ ਪੂਰੀ ਸਕੂਲ ਦੀ ਫੀਸ ਮਾਫ਼ ਕੀਤੀ ਜਾਵੇ। ਆਪ ਜੀ ਦਾ ਆਗਿਆਕਾਰੀ ਪੌਮਾ ਰੋਡ ਨੰਬਰ 15 ਡੰਡੀ। ਆਹੀ ਹੁੰਦੀ ਆ ਜੀ, ਮੈਂ ਵੀ ਲਿਖਤੀ। ਮੈਡਮ ਨੇ 9.5 ਨੰਬਰ ਦੇ ਦਿੱਤੇ 10 'ਚੋਂ, ਅਤੇ ਨਾਲੇ ਵੈਰੀ ਵੈਰੀ ਗੁੱਡ ਵੀ ਲਿਖਤਾ, ਨਾਲੇ ਦੂਜੇ ਜਵਾਕਾਂ ਨੂੰ ਦਿਖਾਇਆ ਵੀ ਆਹ ਹੁੰਦੀ ਅਰਜ਼ੀ। ਹਾਂ, ਭਗਵੰਤ ਵਾਂਗੂ ਲਿਖੀ ਦੀ ਹੁੰਦੀ ਅਰਜ਼ੀ। ਜਦੋਂ ਇੰਨੇ ਨੰਬਰ ਆ ਜਾਣਗੇ ਤੇ ਵੈਰੀ ਵੈਰੀ ਗੁੱਡ ਵੀ ਹੋ ਜਾਊਗਾ ਤਾਂ ਬੱਚਾ ਤਾਂ ਖੁਸ਼ ਹੋਊਗਾ ਨਾ। ਪਰ ਨਹੀਂ, ਮੇਰਾ ਦਿਮਾਗ ਤੇ ਹੋਰ ਹੀ ਚਲੀ ਜਾਂਦਾ ਸੀ। ਮੈਂ ਕਿਹਾ ਮੈਡਮ ਨੂੰ ਤਾਂ ਨਹੀਂ ਪੁੱਛਣਾ, ਹੁਣ ਬਾਪੂ ਜੀ ਨੂੰ ਪੁੱਛੂ ਜਾਂਦਾ ਹੋਇਆ। ਅੱਜ ਸਾਰੀ ਛੁੱਟੀ ਹੋ ਗਈ, ਮੈਂ ਜਾ ਰਿਹਾ ਬਾਪੂ ਜੀ ਨਾਲ ਪਿੱਛੇ ਕਰੀਅਰ 'ਤੇ ਬੈਠਾ। ਮੈਂ ਕਿਹਾ ਜੀ ਉਹ ਕਿੱਕਰ ਜੀ ਥੱਲੇ ਰੋਕਿਓ। ਮੈਂ ਕਿਹਾ ਜੀ ਤੁਸੀਂ ਸਾਨੂੰ ਕਿਉਂ ਪੜ੍ਹਾ ਰਹੇ ਹੋ?
ਕਹਿੰਦੇ ਕੀ ਮੈਨੂੰ ਤੁਸੀਂ ਇਹਨੂੰ ਕਿਉਂ ਪੜ੍ਹਾ ਰਹੇ ਹੋ? ਕਹਿੰਦੇ ਵੀ ਤਾਂ ਕਿ ਤੁਸੀਂ ਵੱਡੇ ਅਫਸਰ ਬਣੋ, ਜ਼ਿੰਦਗੀ 'ਚ ਸਫਲ ਹੋਵੋ, ਤੁਹਾਨੂੰ ਸੱਚ ਅਤੇ ਝੂਠ ਦਾ ਪਤਾ ਲੱਗੇ। ਮੈਂ ਕਿਹਾ ਸਰ ਜੇ ਮੈਂ ਤੁਹਾਨੂੰ ਬਾਪੂ ਜੀ ਐਂ ਕਹਾਂ ਕਿ ਤੁਸੀਂ ਸਾਨੂੰ ਝੂਠ ਪੜ੍ਹਾ ਰਹੇ ਹੋ। ਕਹਿੰਦੇ ਕੀ ਝੂਠ ਪੜ੍ਹਾ ਰਹੇ ਹੋ? ਮੈਂ ਕਾਪੀ ਕੱਢੀ, ਅਰਜੀ ਦਿਖਾਤੀ, ਮੈਂ ਕਿਹਾ ਪੜ੍ਹੋ। ਉਹਨੇ ਪੜ੍ਹੀ, ਕਹਿੰਦੇ ਬਹੁਤ ਵਧੀਆ, 9.5 ਨੰਬਰ ਵੀ ਆਏ ਨੇ ਅਤੇ ਵੈਰੀ ਵੈਰੀ ਗੁੱਡ ਵੀ ਹੈ, ਬਹੁਤ ਵਧੀਆ। ਥਿਊਰੀ 'ਚੋਂ ਇੰਨੇ ਆਉਂਦੇ ਹੁੰਦੇ, ਮੈਥ 'ਚੋਂ ਪੂਰੇ ਆ ਜਾਂਦੇ ਨੇ, ਅੱਧਾ ਨੰਬਰ ਦਾ ਕੋਈ ਫਿਕਰ ਨਾ ਕਰ। ਮੈਂ ਕਿਹਾ ਮੈਨੂੰ ਅੱਧੇ ਨੰਬਰ ਦਾ ਫਿਕਰ ਨਹੀਂ, ਨਾ ਹੀ ਵੈਰੀ ਵੈਰੀ ਗੁੱਡ ਦਾ ਕੋਈ ਚਾਅ ਹੈ, ਮੈਨੂੰ ਇਹ ਦੱਸੋ ਝੂਠ ਇਹ 'ਚ ਇਹ ਹੈ ਵੀ ਮੈਂ ਇਹਦੇ ਵਿੱਚ ਲਿਖ ਰਿਹਾ ਕਿ ਮੇਰੇ ਪਿਤਾ ਜੀ ਚਪੜਾਸੀ ਹਨ, ਤੁਸੀਂ ਇਸੇ ਸਕੂਲ 'ਚ ਹੈਡ ਮਾਸਟਰ ਹੋ, ਲਿਖ ਮੈਂ ਤੁਹਾਨੂੰ ਰਿਹਾ ਸ਼੍ਰੀ ਮਾਨ ਮੁੱਖ ਅਧਿਆਪਕ ਜੀ। ਅੱਛਾ ਨਾਲੇ ਇਹਦੇ ਵਿੱਚ ਮੈਂ ਇਹ ਲਿਖ ਰਿਹਾ ਕਿ ਅਸੀਂ 3 ਭੈਣ ਭਾਈ ਹਾਂ, ਮੈਂ ਇਸ ਦਾ 2 ਹੀ ਹੈ, ਤੀਜਾ ਕੌਣ ਹੈ? ਮੈਂ ਕਿਹਾ ਮੈਂ ਨਹੀਂ ਸਾਈਕਲ 'ਤੇ ਬਹਿੰਦਾ, ਉਹਨਾਂ ਚਿਰ ਪਹਿਲਾਂ ਮੈਨੂੰ ਸਮਝਾਓ ਇਹ ਗੱਲ। ਉਹ ਡੈਡੀ ਮੇਰੇ ਕਹਿੰਦੇ ਵੀ ਪੁੱਤ ਪਤਾ ਕੀ ਹੈ, ਜਿੰਨਾ ਚਿਰ ਗਰੀਬੀ ਨਾ ਦਿਖਾਓ ਨਾ, ਉਹਨਾਂ ਚਿਰ ਫੀਸ ਮਾਫ਼ ਨਹੀਂ ਹੋ ਸਕਦੀ। ਕਿਤੇ ਅਨਕੋਨਸ਼ੀਅਸ ਮਾਇੰਡ 'ਚੋਂ ਕਿਤੇ ਮੇਰੇ ਉਹਦੇ ਨਿਕਲ ਗਿਆ ਇਹ ਮੂੰਹ 'ਚੋਂ। ਮੈਂ ਕਿਹਾ ਚਲ ਕੋਈ ਗੱਲ ਨਹੀਂ ਬਾਪੂ ਜੀ, ਜਿੱਦੇ ਕਿਤੇ ਮੇਰੇ ਹੱਥ 'ਚ ਇਹੋ ਜਿਹਾ ਪੈੱਨ ਆ ਗਿਆ ਨਾ ਕਿ ਮੈਂ ਸਿਲੇਬਸ ਬਦਲ ਸਕਦਾ ਹੋਇਆ, ਤਾਂ ਅਰਜੀ ਤਾਂ ਰਹੂਗੀ ਫੀਸ ਮਾਫ਼ੀ ਦੀ, ਪਰ ਅਰਜੀ ਨੂੰ ਲਿਖਣਾ ਤੁਹਾਨੂੰ ਪੋਜ਼ਿਟਿਵ ਵੇ ਨਾ ਪਊਗਾ। ਕਿਵੇਂ? ਕਿ ਸ਼੍ਰੀਮਾਨ ਜੀ ਮੁੱਖ ਅਧਿਆਪਕ ਜੀ, ਮੇਰਾ ਨਾਮ ਭਗਵੰਤ ਸਿੰਘ ਹੈ ਜਾਂ ਕੋਈ ਵੀ, ਕਿ ਮੈਂ 6ਵੀਂ ਕਲਾਸ 'ਚੋਂ ਫਸਟ ਆਇਆ ਸੀ, 7ਵੀਂ 'ਚੋਂ ਵੀ ਫਸਟ ਆਊਂਗਾ, ਮੇਰੇ ਪਿਤਾ ਜੀ ਗਰੀਬ ਨੇ, ਉਹ ਮੇਰੇ ਸਕੂਲ ਦੀ ਫੀਸ ਨਹੀਂ ਦੇ ਸਕਦੇ। ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਫੀਸ ਮਾਫ਼ ਕਰੋ, ਮੈਂ ਕਹਿੰਦਾ ਮੇਰੀ ਫੀਸ ਸੁਧਾਰ ਕਰ ਲਓ, ਪਰ ਮੈਂ ਵਾਅਦਾ ਕਰਦਾ ਕਿ ਮੈਂ ਵੱਡਾ ਹੋ ਕੇ, ਜੱਜ ਬਣ ਕੇ, ਅਫਸਰ ਬਣ ਕੇ ਇਹ ਸਕੂਲ ਦੀ ਫੀਸ ਵਿਆਜ ਸਮੇਤ ਵਾਪਸ ਕਰਕੇ ਜਾਊਂਗਾ। ਫਿਰ ਤਾਂ ਬੱਚੇ ਕੋਲ ਆ ਗਈ ਨਾ ਇੱਕ ਮੰਜ਼ਿਲ ਆ ਗਈ ਕਿ ਮੈਂ ਵਾਅਦਾ ਕੀਤਾ ਉਹ ਪੜ੍ਹੂਗਾ ਫਿਰ ਬਣੂੰਗਾ, ਠੀਕ ਹੈ ਨਾ। ਹੁਣ ਸ਼ਾਇਦ ਅਮਨਦੀਪ ਜੀ ਆ ਵਿਆਜ ਸਮੇਤ ਵਾਪਸ ਕਰਕੇ ਗਏ ਨੇ ਨਾ, ਆ ਜਿਹੜੀ ਫੀਸ ਮਾਫ਼ ਕਰਾਈ ਹੋਣੀ, ਠੀਕ ਹੈ ਨਾ। ਸਾਨੂੰ ਪਹਿਲਾਂ ਹੀ ਸਿਖਾ ਦਿੰਦੇ ਨੇ ਜੀ, ਕੋਰੇ ਮਨਾਂ 'ਤੇ ਲਿਖ ਦਿੰਦੇ ਮਾਫ਼ੀ ਮੰਗਣਾ, ਫੀਸ ਮਾਫ਼ ਕਰ ਦਿਓ ਜੀ, ਜੁਰਮਾਨਾ ਮਾਫ਼ ਕਰ ਦਿਓ ਜੀ, ਵੱਡੇ ਹੋ ਕੇ ਕਹੀ ਜਾਂਦੇ ਬਿਜਲੀ ਦੇ ਬਿੱਲ ਮਾਫ਼ ਕਰ ਦਿਓ ਜੀ, ਸਾਡਾ ਕਰਜ਼ਾ ਮਾਫ਼ ਕਰ ਦਿਓ ਜੀ, ਮਾਫ਼ੀਆਂ ਹੀ ਮੰਗਣਾ ਸਿਖਾਉਂਦੇ ਨੇ ਪਹਿਲੀ, ਕੁਛ ਬਣਨਾ ਨਹੀਂ ਸਿਖਾਉਂਦੇ, ਮਾਫ਼ੀ ਮੰਗਣਾ ਸਿਖਾਉਂਦੇ। ਪ੍ਰਾਈਵੇਟ ਸਕੂਲਾਂ 'ਚ ਫੀਸ ਮਾਫ਼ੀ ਦੀ ਅਰਜੀ ਹੈ ਨਹੀਂ, ਉਹ ਪਹਿਲਾਂ ਹੀ 5 ਲੱਖ ਭਰਾ ਦਿੰਦੇ ਨੇ, ਉਹਨਾਂ ਨੇ ਕਦੋਂ ਮਾਫ਼ ਕਰਾਉਣੀ ਹੈ? ਸੋ ਜਦੋਂ ਬੱਚਾ ਸਵਾਲ ਕਰਦਾ ਨਾ, ਤਾਂ ਉਹਨੂੰ ਟਾਲੋ ਨਾ ਜਾਂ ਕੁੱਟੋ ਨਾ, ਉਹਦਾ ਜਵਾਬ ਦਿਓ ਵੀ, ਉੱਥੋਂ ਫਿਰ ਉਹਦਾ ਦਿਮਾਗ ਖੁੱਲੂਗਾ। ਕਈ ਵਾਰੀ ਪੇਰੈਂਟਸ, ਮਤਲਬ ਮੈਂ ਗਿਆ ਉੱਥੇ ਪੇਰੈਂਟ ਟੀਚਰ ਮੀਟਿੰਗ 'ਤੇ, ਬੇਟਾ ਮੇਰਾ ਉਸ ਵੇਲੇ 3 ਕਲਾਸ 'ਚ ਸੀ, ਵਿਵੇਕ ਹਾਈ ਸਕੂਲ ਚੰਡੀਗੜ੍ਹ। ਪੇਰੈਂਟ ਟੀਚਰ ਮੀਟਿੰਗ 'ਤੇ ਮੈਂ ਗਿਆ, ਬੈਠਾ ਮੈਂ, ਮੇਰੇ ਤੋਂ ਪਹਿਲਾਂ ਇੱਕ ਬੱਚੀ, ਉਹਦੀ ਮਾਂ, ਦੋਨੇ ਟੀਚਰ ਨਾਲ ਗੱਲ ਕਰ ਰਹੇ ਸੀ। ਵਾਰ ਵਾਰ ਉਹ, ਮਤਲਬ ਤੁਸੀਂ ਕਿਉਂ ਜੇ ਉਹ ਕਹਿ ਰਹੀ ਸੀ, ਸ਼ੀ ਇਜ਼ ਡੂਇੰਗ ਵੈਲ,
ਡੋਂਟ ਪ੍ਰੈਸ਼ਰਾਈਜ਼ ਹਰ, ਸ਼ੀ ਇਜ਼ ਡੂਇੰਗ ਵੈਲ। ਨਹੀਂ ਐਂ ਕਰਦੀ ਆ, ਐਂ ਕਰਦੀ ਆ, ਐਂ ਕਰਦੀ ਆ, ਰੋਣ ਲੱਗ ਗਈ ਉਹ ਮਾਂ। ਮੈਂ ਦੇਖ ਜਾਵਾਂ ਅਗਲੀ ਵਾਰੀ ਮੇਰੀ ਸੀ ਬੇਟੇ ਦਾ ਨਾਮ, ਮੇਰੇ ਦਾ ਨਾਮ ਦਿਲਸ਼ਾਨ। ਮੈਂ ਕਿਹਾ ਦਿਲਸ਼ਾਨ, ਕਹਿੰਦੇ ਅੱਛਾ ਦਿਲਸ਼ਾਨ ਬਾਰੇ ਦੱਸਾਂ। ਮੈਂ ਕਿਹਾ ਨਾ, ਦਿਲਸ਼ਾਨ ਬਾਰੇ ਕੁਛ ਨਾ ਦੱਸੋ, ਮੈਨੂੰ ਸਿਰਫ ਇਹ ਦੱਸ ਦਿਓ ਪਹਿਲਾਂ ਵਾਲੀ ਕੀ ਕਹਿੰਦੀ ਸੀ, ਉਹ ਮੈਂ ਕਰਾਉਣੀ ਨਹੀਂ ਤੂੰ। ਬਚਪਨ 'ਚ ਹੀ ਲੱਗ ਜਾਂਦੇ ਆ ਜਬਰੇ ਸਿਖਾਉਣ, ਜਵਾਕ ਦਾ ਬਚਪਨ ਹੀ ਖਤਮ ਕਰਤਾ। ਤੀਜੀ ਕਲਾਸ 'ਚ ਨੰਬਰ ਘੱਟ ਕਿਉਂ ਆਏ ਨੇ ਬਈ? ਕਿਉਂ ਅਸੀਂ ਉਹਨਾਂ ਨੂੰ, ਹਰ ਬੱਚਾ ਫਸਟ ਨਹੀਂ ਆ ਸਕਦਾ, ਇੰਨਾ ਪ੍ਰੈਸ਼ਰ ਪਾਤਾ। 97.8, 97.9, 98.3, ਇੱਥੇ ਤੱਕ ਨੰਬਰ ਚਲੇ ਗਏ ਜਵਾਕ। ਮਤਲਬ ਪ੍ਰੈਸ਼ਰਾਈਜ਼ ਹੋ ਗਏ ਇੱਥੋਂ ਤੱਕ ਕਿ ਮਤਲਬ 8ਵੀਂ 9ਵੀਂ ਜਾਂ 10ਵੀਂ ਦੇ ਬੱਚਿਆਂ ਦੀਆਂ ਰਿਜ਼ਲਟ ਜੇ ਥੋੜ੍ਹੇ ਜਿਹੇ ਨੰਬਰ ਘੱਟ ਜਾਣ, ਜਾਂ ਫਲਾਨੇ ਤੋਂ ਜਿਹਦੇ ਨਾਲ ਮਾਪਿਆਂ ਨੇ ਮੁਕਾਬਲਾ ਬਣਾ ਰੱਖਿਆ ਕਿ ਫਲਾਨੇ ਮੁੰਡੇ ਨਾਲ ਤੇਰਾ ਮੁਕਾਬਲਾ, ਉਹ ਤੋਂ ਨੰਬਰ ਘੱਟ ਜਾਣ, ਸੁਸਾਈਡ ਦੇ ਵੀ ਕੇਸ ਆਏ ਨੇ। ਇਹ ਕੀ ਬਣਾ ਰਹੇ ਵੀ ਆਪਾਂ? ਮਤਲਬ ਹਰੇਕ ਮਾਪੇ, ਮਾਪਿਆਂ ਨੂੰ ਪੁੱਛੋ, ਤੁਸੀਂ ਪੁੱਛੋ ਮਾਪਿਆਂ ਨੂੰ ਕੀ ਬਣਾਉਣਾ ਚਾਹੁੰਦੇ ਬੱਚਿਆਂ ਨੂੰ, ਉਹ ਕਹਿੰਦੇ ਡਾਕਟਰ। ਤੇ ਫਿਰ ਮਰੀਜ਼ ਕੌਣ ਬਣੂ ਜੇ ਸਾਰੇ ਡਾਕਟਰ ਬਣ ਗਏ? ਉਹਨੂੰ ਤਾਂ ਪੁੱਛ ਲਓ ਤੂੰ ਕੀ ਬਣਨਾ, ਕੀ ਬਣਾਉਣਾ ਚਾਹੁੰਦੇ ਜੀ, ਪਾਇਲਟ। ਫਿਰ ਸਵਾਰੀਆਂ ਕੌਣ ਬਣਨਗੀਆਂ ਜੇ ਸਾਰੇ ਜਹਾਜ਼ ਦੇ ਪਾਇਲਟ ਬਣ ਗਏ? ਉਹਨੂੰ ਤਾਂ ਪੁੱਛ ਲਓ ਕੀ ਬਣਨਾ। ਨਾ ਜੀ ਉਹਨੂੰ ਪੁੱਛਦੇ। ਮੈਂ ਆਪਦੀ ਉਦਾਹਰਨ ਦਿੰਦਾ, ਮੈਂ ਚਲੋ 10ਵੀਂ ਤੱਕ ਤਾਂ ਮੌਕਾ ਨਹੀਂ ਮਿਲਿਆ ਸਟੇਜਾਂ 'ਤੇ ਜਾਣ ਦਾ, ਸਰ ਸਟੇਜਾਂ 'ਤੇ ਤਾਂ ਛੱਡੋ, 10ਵੀਂ ਤੱਕ ਤਾਂ ਪੜ੍ਹਾਈ ਦਾ ਵੀ ਨਹੀਂ ਮੌਕਾ ਮਿਲਦਾ। 11ਵੀਂ ਚਲੇ ਗਏ ਸ਼ਹੀਦ ਊਧਮ ਸਿੰਘ ਗੌਰਮੈਂਟ ਕਾਲਜ ਸੁਨਾਮ। ਮੈਂ ਸਟੇਜਾਂ 'ਤੇ ਜਾਣ ਲੱਗ ਗਿਆ। ਸਟੇਜਾਂ 'ਤੇ ਜਾਣਾ ਕੀ ਅਸਲ 'ਚ ਨਾ, ਸਾਡੇ ਯੂਨੀਵਰਸਿਟੀ ਦਾ ਜਿਹੜਾ ਯੂਥ ਫੈਸਟੀਵਲ ਸੀਗਾ ਜੋ ਸੰਗਰੂਰ ਜੋਨ ਦਾ, ਉਹ ਹੋਸਟ ਕਾਲਜ ਸਾਡਾ ਸੁਨਾਮ ਸੀ। ਹੋਸਟ ਕਾਲਜ ਨੂੰ ਹਰੇਕ ਉਹਦੇ ਵਿੱਚ ਹਿੱਸਾ ਲੈਣਾ ਪੈਂਦਾ, ਤਾਂ ਮੈਂ ਸਟੂਡੈਂਟਾਂ ਨਾਲ ਦੇ ਦੋਸਤਾਂ ਮਿੱਤਰਾਂ ਨੂੰ ਕੁਛ ਸੁਣਾਉਂਦਾ ਰਹਿੰਦਾ ਸੀ, ਕੁਛ ਆਵਾਜ਼ਾਂ ਕੱਢ ਕੇ, ਕੁਝ ਜੋ ਵਟ ਐਵਰ ਉਸ ਮੇਰਾ ਮਾਹੌਲ ਸੀ। ਉਹਨਾਂ ਨੇ ਮੇਰਾ ਨਾਲ ਖਾਧਾ ਹੀ ਇੰਨਾ ਕੱਠ। ਪਹਿਲੀ ਵਾਰ ਮੈਂ ਸਟੇਜ 'ਤੇ ਚੜਿਆ, ਪਹਿਲੀ ਵਾਰ ਮੈਨੂੰ ਇਹਦੀ ਵੈਲਿਊ ਪਤਾ ਲੱਗੀ ਵੀ ਇਹ ਕੀ ਹੁੰਦਾ ਅਤੇ ਕੀ ਕੰਮ ਆਉਂਦਾ, ਅਸਲ 'ਚ ਇਹ ਕਾਹਦੇ ਕੰਮ ਆਉਂਦਾ। ਹੁਣ ਤਾਂ ਮੈਂ ਇੱਧਰ ਖੜਾ ਹਾਂ ਕਿਉਂਕਿ ਇਹ ਲੈਕਚਰ ਸਟੈਂਡ ਕਹਿੰਦੇ ਆ ਇਹਨੂੰ, ਇਹ ਆਡੀਅੰਸ ਨੂੰ ਕੰਬਦੀਆਂ ਹੋਈਆਂ ਲੱਤਾਂ ਦਿਖਣ ਨਹੀਂ ਦਿੰਦਾ। ਮੇਰੀਆਂ ਲੱਤਾਂ ਕੰਬੀ ਜਾਣ, ਪਰ ਇਹਨੇ ਬਚਾ ਰੱਖਿਆ ਮੈਨੂੰ, ਹੈ ਨਾ। ਬਹੁਤ ਉਤਵਾਦੇ ਦੀ ਜਿੱਦ ਕਰਨ ਲੱਗ ਗਿਆ ਮੈਂ, ਇਹਨੇ ਬਚਾਇਆ ਕਿ, ਅਤੇ ਮੈਂ ਸੋਚਾਂ ਵੀ ਅੱਜ ਉੱਤਰ ਜੀਏ ਬਾਈ ਕੇਰਾਂ, ਆਪਾਂ ਜ਼ਿੰਦਗੀ ਜੀ ਦੁਆਰੇ ਸਟੇਜ ਨਾਲ ਪੰਗਾ ਲੈਣਾ। ਕੀ ਪਤਾ ਸੀ ਪਰਮਾਤਮਾ ਨੇ ਤਾਂ ਕੁਛ ਹੋਰ ਹੀ ਲਿਖਿਆ, ਲਿਖ ਜਾਣਾ ਹੀ ਸਟੇਜਾਂ 'ਤੇ ਹੈ। ਸੋ ਅਤੇ ਫਿਰ ਇੰਟਰ ਕਾਲਜ ਕੰਪੀਟੀਸ਼ਨ ਜਾਣ ਲੱਗ ਗਿਆ, ਤਾਂ ਬਾਪੂ ਜੀ ਨੂੰ ਪਤਾ ਲੱਗ ਗਿਆ ਆਹ ਕਿਹੜੇ ਕੰਮ 'ਚ ਬਹਿ ਗਿਆ ਤੂੰ, ਇਹ ਬੰਦ ਕਰੇ, ਪਾਬੰਦੀ ਲਾਤੀ ਜੀ ਮੇਰੇ 'ਤੇ, ਕੋਚ ਚੇਤਨ ਜਾਸਾ ਤੂੰ ਸਾਲ ਕੁ ਬੰਦ ਰਿਹਾ, ਅੰਦਰ ਕੀੜਾ ਸੀ, ਉਹ ਦੰਦੀਆਂ ਵੱਢਿਆ ਕਰੇ ਵੀ ਚੱਲ ਸਟੇਜ 'ਤੇ, ਚੋਰੀਓ ਜਾਣ ਲੱਗ ਗਿਆ, ਫਸਟ ਆ ਜਾਂਦਾ ਸੀ,
ਟਰਾਫੀ ਮਿਲਦੀ ਸੀ, ਸਿਆਪਾ ਪੈ ਜਾਂਦਾ ਸੀ। ਜੇ ਟਰਾਫੀ ਘਰੇ ਜਾਊ ਤਾਂ ਪੁੱਟ ਪਊ, ਕਿਉਂਕਿ ਪਤਾ ਲੱਗੂ ਤੂੰ ਜਾਣ ਲੱਗ ਗਿਆ। ਫਿਰ ਬੱਸ 'ਚ ਹੀ ਨਾ ਕੋਈ ਬੰਦਾ ਕਹਿੰਦਾ ਕਿ ਨਹੀਂ ਸਾਨੂੰ ਟਰਾਫੀ, ਬਾਈ ਕਿੱਥੋਂ ਜਿੱਤੀ ਹੈ? ਤੋਰੀ ਤੋਂ ਜਿੱਤੀ ਹੈ, ਤੂੰ ਲੈ ਲਾ ਯਾਰ। ਮੈਂ ਪਤਾ ਹੀ ਨਹੀਂ ਕਿੰਨੀਆਂ ਟਰਾਫੀਆਂ ਹੀ ਦੇ ਗਈ ਉਹ 'ਚ। ਮੈਂ ਉਹਨਾਂ ਨੂੰ ਮਿਸ ਕਰਦਾ, ਉਹਨਾਂ ਟਰਾਫੀਆਂ ਨੂੰ, ਪਤਾ ਨਹੀਂ ਕਿੱਥੇ ਕਿਹੜੀ ਕਿਹਦੀ ਕਾਂਸ 'ਤੇ ਪਈਆਂ ਹੋਣ। ਪਰ ਮੈਂ ਕੀ ਕਰਾਂ, ਮੈਂ ਟਰਾਫੀ ਵਾਸਤੇ ਤਾਂ ਖੇਡ ਹੀ ਨਹੀਂ ਰਿਹਾ ਸੀ, ਮੈਂ ਤਾਂ ਆਪਣਾ ਜਨੂੰਨ ਸੀ ਮੇਰਾ, ਪੈਸ਼ਨ। ਅਤੇ ਚਲੋ ਜੀ, ਕੈਸਟਾਂ ਸੀਡੀਆਂ ਆ ਗਈਆਂ, ਪਲੱਸ ਟੂ 'ਚ ਪੜ੍ਹਦੇ ਸਟਾਰ ਬਣ ਗਏ, ਕਰਦੇ ਕਰਾਉਂਦੇ ਬਾਪੂ ਜੀ ਵੀ ਨਾਲ ਸਟਾਰ ਬਣ ਗਏ। ਅਤੇ ਪਟਿਆਲੇ ਸੀ 2004 ਦੀ, 4-5 ਦੀ ਗੱਲ ਹੋਊਗੀ। ਉਹਨਾਂ ਦੀ ਅਸੀਂ ਟ੍ਰਾਂਸਫਰ ਕਰਾ ਲਈ ਸੀ ਉੱਥੇ, ਪਟਿਆਲੇ ਦੇ ਨਾਲ ਹੀ ਸਕੂਲ ਹੈ, ਭਾਂਦਰਾ ਹੈੱਡ ਮਾਸਟਰ ਸੀ ਉੱਥੇ। ਇੱਕ ਦਿਨ ਮੈਂ ਸਰਕਾਰੀ ਖਾਕੀ ਰੰਗ ਦੀ ਚਿੱਠੀ ਦੇਖੀ ਘਰੇ ਪਈ ਸਾਡੇ, ਭਾਰਤ ਸਰਕਾਰ ਸੇਵਾ ਹਿੱਤ ਵੀ ਲਿਖਿਆ ਹੁੰਦਾ ਉੱਥੇ। ਉਹ ਮੇਰੇ ਪਿਤਾ ਜੀ ਨਾਮ ਮਹਿੰਦਰ ਸਿੰਘ, ਉਹਦੇ ਲਿਖਿਆ ਹੋਇਆ ਟੂ ਮਹਿੰਦਰ ਸਿੰਘ ਫਾਦਰ ਆਫ ਭਗਵੰਤ ਮਾਨ ਸਰਕਾਰੀ ਮਿਡਲ ਸਕੂਲ ਭਾਂਦਰਾ। ਮੈਂ ਡੈਡੀ ਜੀ ਇਹ ਸਰਕਾਰ ਦੇ ਕਾਗਜ਼ਾਂ 'ਚ ਸਨ ਆਫ ਤਾਂ ਚੱਲਦਾ, ਇਹ ਫਾਦਰ ਆਫ ਕਿੱਥੋਂ ਆ ਗਿਆ? ਕਹਿੰਦੇ ਮੈਂ ਕਿਹਾ ਹੋਇਆ ਤੇਰੇ ਨਾਂ ਕਰਕੇ ਚਿੱਠੀ ਛੇਤੀ ਆ ਜਾਂਦੀ ਹੈ। ਮਾਪੇ ਜਿਹੜੇ ਨੇ ਨਾ, ਉਹ ਜੋ ਆਪ ਨਹੀਂ ਕਰ ਸਕੇ ਉਹ ਬੱਚੇ ਤੋਂ ਕਰਾਉਣਾ ਚਾਹੁੰਦੇ ਨੇ। ਜੇ ਬੱਚੇ ਨੇ ਉਹ ਕਰਨ ਦੀ ਬਜਾਏ ਕੁਛ ਹੋਰ ਕਰਤਾ ਫਿਰ ਗਾਲਾਂ ਦੇਣਗੇ, ਜੇ ਕਾਮਯਾਬ ਹੋ ਗਿਆ ਫਿਰ ਕਹਿਣਗੇ ਪੱਤਰਕਾਰ ਆ ਗਏ ਬਾਪੂ ਜੀ ਕੋਲੇ, ਅਤੇ ਬਾਪੂ ਜੀ ਜੋ ਭਗਵੰਤ ਮਾਨ ਸੀਡੀਆਂ ਦੇ ਵਿੱਚ ਕੈਸਟਾਂ ਦੇ ਵਿੱਚ ਕੰਮ ਕਰ ਰਿਹਾ, ਕੀ ਕਹਿਣਾ ਚਾਹੁੰਦੇ ਤਾਂ ਤੁਸੀਂ? ਉਹਨਾਂ ਨੂੰ ਕਹਿੰਦੇ ਮਹਾਂ ਮੈਂ ਬਹੁਤ ਇਹਨਾਂ ਨੂੰ ਪ੍ਰੇਰਨਾ ਦਿੱਤੀ। ਮੈਂ ਕਿਹਾ ਕੋਈ ਪ੍ਰੇਰਨਾ ਦਿੱਤੀ? ਪਾਬੰਦੀ ਲਾਈ ਹੈ ਇਹਨਾਂ ਨੇ। ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖ ਲਿਓ ਬੱਚਿਓ, ਖਾਸ ਤੌਰ 'ਤੇ ਤੁਸੀਂ, ਅਪਸ ਐਂਡ ਡਾਊਨ ਇਜ਼ ਪਾਰਟ ਆਫ ਲਾਈਫ, ਈਵਨ ਅ ਸਟੇਟ ਲਾਈਨ ਆਫ ECG ਇਜ਼ ਕਾਲਡ ਦੈਟ। ਜਿੰਨਾ ਚਿਰ ਉਹ ECG ਵਾਲੀ ਐਂ ਕਰੀ ਜਾਂਦੀ ਹੈ ਉਹਨਾਂ ਚਿਰ ਜਿਉਂਦਾ, ਜਦੋਂ ਐਂ ਹੋ ਗਈ ਡਾਕਟਰ ਕਹਿੰਦੇ ਲੈ ਜਾਓ। ਮੈਂ ਆਪਣੇ ਬੈਡਰੂਮ ਦੇ ਵਿੱਚ ਇੱਕ ਵਾਲ ਕਲੋਕ ਲਾ ਰੱਖਿਆ, ਮੈਂ ਉਹਦੇ ਸੈੱਲ ਕੱਢ ਰੱਖੇ ਨੇ, ਖੜੀ ਘੜੀ ਉਹ, ਅਤੇ ਆਪਣੇ ਸਮਾਜ ਦੇ ਵਿੱਚ ਖੜੀ ਘੜੀ ਨੂੰ ਅਪਸ਼ਗਨ ਮੰਨਿਆ ਜਾਂਦਾ। ਮੇਰੀ ਮਾਂ ਵੀ ਲੜਦੀ ਹੈ, ਪੁੱਤ ਘੜੀ, ਮੈਂ ਕਿਹਾ ਤੂੰ ਚੁੱਪ ਕਰ ਜਾ ਬੇਬੇ, ਇਹ ਘੜੀ ਤਾਂ ਬਹੁਤ ਪ੍ਰੇਰਨਾ ਦਿੰਦੀ ਹੈ। ਹੁਣ ਮੈਂ ਪ੍ਰੇਰਨਾ ਲੈ ਰਿਹਾ ਤੂੰ ਕਿਵੇਂ? ਅਕਸਰ ਆਪਣੀ ਜ਼ਿੰਦਗੀ 'ਚ ਆਪਣੇ ਮਨਪਸੰਦ ਤਰੀਕੇ ਦੇ ਰਿਜ਼ਲਟ ਨਹੀਂ ਆਉਂਦੇ। ਸਟੂਡੈਂਟ ਸੋਚਦਾ 90% ਨੰਬਰ ਲਊਂਗਾ, ਐਤਕੀ 70 ਰਹਿ ਜਾਂਦੇ ਨੇ। ਬਿਜ਼ਨਸਮੈਨ ਸੋਚਦਾ ਆਹ ਫੈਕਟਰੀ ਮੈਨੂੰ ਇੰਨੇ ਦਾ ਟਰਨਓਵਰ ਦੇ ਦੂਗੀ, ਫੈਕਟਰੀ ਘਾਟਾ ਪਾਉਂਦੀ ਹੈ। ਫਿਲਮ ਸਟਾਰ ਸੋਚਦਾ ਕਿ ਇਸ ਫਿਲਮ ਤੋਂ ਬਾਅਦ ਸੁਪਰ ਸਟਾਰ ਬਣ ਜਾਣਗੇ, ਫਿਲਮ ਫਲੋਪ ਹੋ ਜਾਂਦੀ ਹੈ। ਪੋਲੀਟੀਸ਼ੀਅਨ ਸੋਚਦਾ ਇੰਨੀਆਂ ਸੀਟਾਂ ਜਿੱਤੂਗਾ, ਆਪਦੀ ਸੀਟ ਵੀ ਹਾਰ ਜਾਂਦਾ। ਇਹੋ ਜਿਹੇ ਮੌਕੇ 'ਤੇ ਕੀ ਹੁੰਦਾ, 90% ਲੋਕ ਨੈਗੇਟਿਵਿਟੀ ਦਾ ਸ਼ਿਕਾਰ ਹੋ ਜਾਂਦੇ ਨੇ। ਮੈਂ ਰੱਬ ਦੇ ਮਾਂ ਮਾਰਿਆ ਯਾਰ, ਮੇਰੇ ਨਾਲ ਐਂ ਕਿਉਂ ਹੁੰਦਾ ਯਾਰ, ਮੇਰੀ ਕਿਸਮਤ ਕਿਉਂ ਆਇਆ ਯਾਰ, ਤਾਂ ਸੁਸਾਈਡ ਲੈਵਲ ਤੱਕ ਵੀ ਕਈ ਵਾਰੀ ਗੱਲ ਚਲੀ ਜਾਂਦੀ ਹੈ। ਉਸ ਵੇਲੇ ਤੁਸੀਂ ਜਦੋਂ ਤੁਹਾਡੀ ਇੱਛਾ ਦੇ ਮੁਤਾਬਕ ਰਿਜ਼ਲਟ ਨਹੀਂ ਆਏ, ਉਸ ਖੜੀ ਘੜੀ ਵੱਲ ਦੇਖੋ। ਅਕੋਰਡਿੰਗ ਟੂ ਲਾਅ ਆਫ ਦਿਸ ਨੇਚਰ,
ਕੁਦਰਤ ਦੇ ਕਾਨੂੰਨ ਮੁਤਾਬਕ ਇੱਕ ਖਰਾਬ ਘੜੀ ਵੀ 24 ਘੰਟਿਆਂ 'ਚ ਦੋ ਵਾਰੀ ਸਹੀ ਟਾਈਮ ਦਿੰਦੀ ਹੈ। 12:05 'ਤੇ ਘੜੀ ਖਰਾਬ ਹੋ ਗਈ, ਇੱਕ ਵਾਰੀ ਰਾਤ ਨੂੰ 12:05 ਅਤੇ ਇੱਕ ਵਾਰੀ ਦਿਨੇ 5 'ਤੇ, ਤੁਸੀਂ ਉਸ ਘੜੀ ਨੂੰ ਗਲਤ ਨਹੀਂ ਕਰ ਸਕਦੇ। ਜੇ ਇੱਕ ਡੈੱਡ ਚੀਜ਼ 24 ਘੰਟੇ 'ਚ ਦੋ ਵਾਰੀ ਸਹੀ ਹੋ ਸਕਦੀ ਹੈ ਤਾਂ ਸਾਡੇ ਸਾਹ ਤਾਂ ਚੱਲਦੇ ਨੇ, ਫਿਰ ਐਫਰਟ ਕਰੋ ਨਾ, ਐਫਰਟ ਕਰਨੀ ਪਊਗੀ। ਕਿਸਮਤ ਗੁੰਡਾ ਨਹੀਂ ਖੜਕਾਉਂਦੀ ਹੁੰਦੀ ਵੀ ਮੈਂ ਆ ਗਈ, ਕਿਸਮਤ ਬਣਾਉਣੀ ਪੈਂਦੀ ਹੈ, ਆਪ ਹੀ ਲਿਖਣੀ ਪੈਂਦੀ ਹੈ ਕਿਸਮਤ। ਰੋਏ ਬਿਨਾਂ ਤਾਂ ਕਹਿੰਦੇ ਮਾਂ ਵੀ ਨਹੀਂ ਦੁੱਧ ਪਿਆਉਂਦੀ, ਬੁਰਕੀ ਵੀ ਆਪ ਹੀ ਨਹੀਂ ਜਾਂਦੀ ਨਾ ਮੂੰਹ ਨੂੰ। ਸੋ ਐਫਰਟ ਕਰਨੀ ਹੈ, ਐਫਰਟ ਛੱਡਣੀ ਨਹੀਂ। ਸਾਰੇ ਬੱਚੇ ਫਸਟ ਨਹੀਂ ਆ ਸਕਦੇ, ਅੱਜ ਜਿਹਨਾਂ ਨੂੰ ਇਨਾਮ ਮਿਲਿਆ ਫਸਟ ਆਏ ਨੇ, ਮੈਂ ਉਹਨਾਂ ਨੂੰ ਵਧਾਈ ਦਿੰਦਾ ਜਿਹੜੇ ਫਸਟ ਆਏ ਨੇ ਅਤੇ ਫਿਊਚਰ 'ਚ ਆਉਣਗੇ। ਪਰ ਨਾਲ ਇੱਕ ਸਲਾਹ ਵੀ ਦਿੰਦਾ, ਫਸਟ ਆ ਕੇ ਹੰਕਾਰ ਨਹੀਂ ਕਰਨਾ, ਕਿਉਂਕਿ ਫਸਟ ਆਉਣ ਵਾਲੇ 'ਚ ਸਭ ਤੋਂ ਵੱਡਾ ਯੋਗਦਾਨ ਸੈਕਿੰਡ ਅਤੇ ਥਰਡ ਵਾਲੇ ਦਾ ਹੁੰਦਾ। ਜੇ ਉਹ ਨਾ ਹੁੰਦੇ ਮੁਕਾਬਲੇ ਨਹੀਂ ਹੋਣਾ ਸੀ, ਠੀਕ ਹੈ ਨਾ। ਸੋ ਬੋਰ ਤਾਂ ਨਹੀਂ ਹੋ ਰਹੇ ਤੇ ਲਾਈਫ ਦੇ ਵਿੱਚ ਬੜੇ ਉਤਰਾਅ ਚੜਾਅ ਆਉਂਦੇ ਨੇ। ਹੁਣ ਜਹਾਂ ਚੜ੍ਹਨਾ ਪੈ ਗਿਆ ਕਿਤੇ ਸ਼ੋਅ ਕਰਨ ਵਾਸਤੇ, ਸਾਨੂੰ ਬਜ਼ੁਰਗੋ ਜਿੱਦੇ ਪਹਿਲੀ ਫਲਾਈਟ ਦੇ ਵਿੱਚ ਮੈਂ ਬੈਠਣ ਲੱਗਿਆ, ਬਹਿ ਗਿਆ ਵਿੱਚ, ਮੈਂ ਹਜੇ ਚੱਲਿਆ ਨਹੀਂ ਸੀ, ਮੈਨੂੰ ਡਰ ਲੱਗੀ ਜਾਵੇ, ਪਸੀਨਾ ਆਇਆ ਪਿਆ। ਉਹ ਨਾਲ ਦਾ ਪੈਸੰਜਰ ਮੈਨੂੰ ਕਹਿੰਦਾ ਵੀ ਕੀ ਹੋ ਗਿਆ, ਮੈਂ ਕਿਹਾ ਯਾਰ ਕੀ ਦੱਸਾਂ, ਉਹ ਜਿਨ੍ਹਾਂ ਤੋਂ ਸਮਾ ਕੇ ਜਿਨ੍ਹਾਂ ਤੋਂ ਡਰਾ ਕੇ ਸਾਡੀਆਂ ਮਾਵਾਂ ਸਵਾਉਂਦੀਆਂ ਰਹੀਆਂ, ਉਹਦੇ ਵਿੱਚ ਬੈਠਣਾ ਪੈ ਰਿਹਾ ਯਾਰ। ਸੌ ਜਾ ਜਾਜੂ ਬਈ, ਲੈ ਹਟੋ ਵੀ ਯਾਰ, ਮੈਂ ਕੀ ਹੋਊਗਾ ਹੁਣ, ਕਹਿੰਦਾ ਕੁਛ ਨਹੀਂ ਹੁੰਦਾ। ਫਿਰ ਕੀ ਹੋਇਆ, ਐਕਸਪੀਰੀਅੰਸ ਜਿਹੜਾ ਨਾ ਤਜਰਬਾ, ਐਕਸਪੀਰੀਅੰਸ ਉਹ ਕੰਘਾ ਹੈ ਜਿਹੜਾ ਬੰਦੇ ਨੂੰ ਉਦੋਂ ਮਿਲਦਾ ਜਦੋਂ ਬੰਦਾ ਕੰਜਾ ਹੋ ਜਾਂਦਾ। ਫਿਰ ਫਾਇਦਾ ਕੀ ਕੰਘੇ ਦਾ ਵੀ, ਇਹਦਾ ਇੱਕ ਹੱਲ ਹੈਗਾ, ਸਾਰੇ ਤਜਰਬੇ ਆ ਕਰਨ ਦੀ ਬਜਾਏ ਨਾ ਦੂਜਿਆਂ ਦੇ ਤਜਰਬੇ ਤੋਂ ਸਿੱਖਿਆ ਲੈ ਲਓ, ਫਿਰ ਤੁਹਾਨੂੰ ਕੰਘਾ ਉਦੋਂ ਮਿਲ ਜਾਵੇ ਜਦੋਂ ਥੋੜੇ ਵਾਲ ਹੈਗੇ ਨੇ। ਤਜਰਬਾ ਹੁੰਦਾ ਗਿਆ, ਤਜਰਬੇ ਨਾਲ ਸੈਲਫ ਕੌਨਫੀਡੈਂਸ ਆਉਂਦਾ ਗਿਆ, ਫਿਰ ਤਾਂ ਅਸੀਂ ਫਿਰ ਜਹਾਜ਼ ਵਾਲਿਆਂ ਨੂੰ ਪੰਗੇ ਪਾਉਣ ਲੱਗ ਗਏ। ਮੈਂ ਸੀ, ਸ਼ੋਅ ਸੀਗਾ ਨਿਊਯਾਰਕ ਅਮਰੀਕਾ 'ਚ, ਮੈਂ ਸੀ, ਮੇਰੇ ਨਾਲ ਮੁੰਡਾ ਕੋ ਜਿਹੜਾ ਮੇਰੇ ਨਾਲ ਆਰਟਿਸਟ ਸੀਗਾ ਜਗਤਾਰ ਜੱਗੀ, ਇੱਕ ਹਰਭਜਨ ਮਾਨ ਫੇਮਸ ਕਲਾਕਾਰ, ਤਿੰਨੋਂ ਸੀ। ਏਅਰ ਫਰਾਂਸ ਦੀ ਫਲਾਈਟ ਸੀ, ਦਿੱਲੀ ਤੋਂ ਪੈਰਿਸ, ਪੈਰਿਸ ਤੋਂ ਨਿਊਯਾਰਕ, ਦਿੱਲੀ ਤੋਂ ਪੈਰਿਸ 8:30 ਘੰਟੇ ਦੀ ਫਲਾਈਟ ਹੈ। ਥੱਕੇ ਹੋਏ ਸੀ, ਸੌਂ ਗਏ ਲੰਘ, 2-3 ਘੰਟਿਆਂ ਬਾਅਦ ਪੈਰਿਸ ਤੋਂ ਨਿਊਯਾਰਕ ਵਾਲੇ ਜਹਾਜ਼ 'ਚ ਬਹਿ ਗਏ। ਜਾਂ ਤਾਂ ਬਿਲਕੁਲ ਹੀ ਗੋਰੇ, ਜਾਂ ਬਿਲਕੁਲ ਹੀ ਕਾਲੇ, ਅਬ ਚਾੜ ਲਾ ਜਾਂ ਮੇਲ, ਅਸੀਂ ਤਿੰਨੇ ਹੀ ਸੀ ਮਿਡਲ ਕਲਾਸ। ਜਹਾਜ਼ ਉੱਡਿਆ, ਸਕਰੀਨ 'ਤੇ ਆਇਆ, 9:30 ਘੰਟਿਆਂ ਦੀ ਫਲਾਈਟ। ਮੈਂ ਆਪਣੇ ਆਪ ਨਾਲ ਗੱਲ ਕੀਤੀ, ਮੈਂ ਕਿਹਾ ਮਾਨ ਸਾਹਿਬ ਦੇਖੋ ਮੈਂ ਆਪਦੀ ਬਹੁਤ ਇੱਜ਼ਤ ਕਰਦਾ ਭਾਈ, ਮੈਂ ਤਾਂ ਨਹੀਂ ਕਦੇ ਆਪਦੇ ਆਪ ਨੂੰ ਸਾਹਿਬ ਤੋਂ ਬਿਨਾਂ ਬੁਲਾਇਆ, ਕਿਉਂਕਿ ਚੈਰਿਟੀ ਬਿਗਿਨਸ ਐਟ ਹੋਮ, ਜੇ ਤੁਸੀਂ ਆਪਦੇ ਆਪ ਨੂੰ ਸਾਹਿਬ ਕਹੋਗੇ ਤਾਂ ਹੀ ਬਾਹਰ ਸਾਹਿਬ ਕਹਿਣਗੇ। ਮੈਂ ਕਿਹਾ ਮਾਨ ਸਾਹਿਬ
ਪੰਗਾ ਪੈ ਗਿਆ। ਸਾਢੇ ਨੌ ਘੰਟੇ ਮਾਨ ਸਾਹਿਬ, ਜੇ ਤੁਸੀਂ ਨਾ ਬੋਲੇ ਨਾ, ਤੁਹਾਡੇ ਪਾਥਰੀ ਹੋਣ ਦਾ ਵੀ ਖਤਰਾ ਹੈ। ਅੰਗਰੇਜ਼ੀ ਕਿੰਨੀ ਕੁ ਬੋਲੋਗੇ? ਜਿੰਨੀ ਕੁ ਅੰਗਰੇਜ਼ੀ ਸਰਕਾਰੀ ਸਕੂਲਾਂ ਨੇ ਤੁਹਾਡੇ ਅੰਦਰ ਡਾਊਨਲੋਡ ਕੀਤੀ ਹੈ, ਜੇ ਸਾਰੀ ਵੀ ਕੱਢ ਕੇ ਮਾਰੀਏ ਬਿਨਾਂ ਕਿਸੇ ਵਾਕ ਤੋਂ ਹਿਜ਼ ਹੈਵ ਹੈਡ ਦੇ ਸਮੇਤ ਹੀ, ਤਾਂ ਵੀ ਉਹ ਡੇਢ ਘੰਟੇ ਤੋਂ ਵੱਧ ਹੈ ਨਹੀਂ। ਕਰਾਂਗੇ ਕੀ ਹੋਣਾ, ਕਰਦੇ ਹਾਂ ਮਾਨ ਸਾਹਿਬ ਕੁਛ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਵੀ ਦੇਖੋ, ਮੈਂ ਇਹਨਾਂ ਨਾਲ ਕੋਈ ਪੰਗਾ ਲੈਣ ਲੱਗਿਆ, ਮੈਨੂੰ ਨਹੀਂ ਪਤਾ ਗੱਲ ਕਿੱਥੇ ਤੱਕ ਜਾਊਗੀ, ਤੁਸੀਂ ਮੁੱਕਰ ਜਾਓ ਯਾਰ, ਤੁਸੀਂ ਤਾਂ ਮੈਨੂੰ ਜਾਣਦੇ ਹੀ ਨਹੀਂ, ਪਤਾ ਨਹੀਂ ਕੌਣ ਇਹ। ਕਹਿੰਦੇ ਵੀ ਹਾਂ ਸਤੀ, ਉਹ ਕਹਿੰਦੇ ਹੁੰਦਾ, ਉਹ ਕਹਿੰਦੇ ਹਾਸਾ ਹੁਸਾ ਨਾਲ ਸਾਡਾ ਨਿਕਲ ਜਾਏ ਯਾਰ, ਤੁਸੀਂ ਸੌਂ ਜਾਓ ਯਾਰ, ਉਹ ਕਿਸੇ। ਹੁਣ ਮੈਂ ਬੈਲ ਮਾਰੀ, ਹੁਣ ਕੌਣ ਸੈਲਫ ਕੋਨਫੀਡੈਂਸ ਦੀ ਗੱਲ ਕਰਦਾ ਹੁਣ, ਮੈਂ ਬੈਲ ਮਾਰੀ ਏਅਰ ਹੋਸਟਸ ਨਾਲ, ਟਿੰਗ ਟਿੰਗ, ਏਅਰ ਹੋਸਟਸ ਆ ਗਈ, ਯੈਸ ਮੇ ਆਈ ਹੈਲਪ ਯੂ, ਮੈਂ ਆਪਣੇ ਵੱਲੋਂ ਬਣਾ ਕੇ ਕੋਨਫੀਡੈਂਸ ਨਾਲ ਇੱਕ ਐਸੀ ਲੈਂਗੁਏਜ ਬੋਲੀ ਜਿਹੜੀ ਹੈ ਹੀ ਨਹੀਂ ਸੀ। I'm sorry sir, I can't understand your language. ਫਿਰ ਮੈਂ ਨਾ ਬਾਡੀ ਲੈਂਗੁਏਜ ਗੁੱਸਾ ਦਿਖਾਇਆ, ਮੈਂ ਕਿਹਾ ਇਰਾ ਵਿਸਤਾ ਲੈਂਗੁਏਜ ਆ, ਇੰਗਲ ਵਿਸਤੀਰਾ ਦਾ ਇੱਧਰ, ਇਸ ਤੋਂ ਨਾ ਉਮਰ ਵਿਸਤ ਲੈ ਰੇ, ਫ੍ਰੀਕੁਐਂਟ ਆ ਫਲਾਇਰਾ, ਇੰਬਲ ਵਿਸਤੇਰਾ ਰਾ, ਆਰਾ ਵਿਸਤੇ ਗੁੰਦਰ, ਇਸ ਤੋਂ ਨਾ ਏਅਰ ਇੰਡੀਆ, ਪੂਰਾ ਵਿਸਤੇ ਲੁਫਥਾਂਸੀ, ਉਮਰ ਵਾਸਤੇ ਏਅਰ ਫਰਾਂਸੀ, ਨੂਲਾ ਵਿਸਤੇ ਅੰਗਲ ਵਿਸਤੀ, ਅੱਲਾ ਵਿਸਤੇ। ਲੈ ਵੀ ਇੰਨਾ ਕੁ ਸਮਝ ਗਈ ਵੀ ਸਾਡੇ ਵਾਲੀ ਏਅਰਲਾਈਨ ਨੂੰ ਗਾਲਾਂ ਕੱਢੀ ਜਾਂਦੇ, ਕਿਉਂਕਿ ਮੈਂ ਵਿੱਚ ਏਅਰ ਇੰਡੀਆ ਅਤੇ ਲੁਫਥਾਂਸਾ ਨਹੀਂ ਕਹਿੰਦਾ। ਮੈਨੂੰ ਕਹਿੰਦੇ ਪਲੀਜ਼ ਵੇਟ, ਪਲੇਨ ਦੇ ਕੈਪਟਨ ਨੂੰ ਬੁਲਾ ਲਏ, ਪਲੇਨ ਦੇ ਕਹਿੰਦਾ ਯੈਸ ਪਲੀਜ਼, ਮੈਂ ਉਹਦਾ ਵਸਤਾ ਯੈਸ ਪਲੀਜ਼, ਆ ਰਸਤਾ ਇੰਗਲ ਇਸ ਤਲੇ ਦਾ, ਈਰੀ ਵਿਸਤੀ ਪਾਸਪੋਰਟ ਆ, ਉਹਦਾ ਵਸਤਾ ਫ੍ਰੀਕੁਐਂਟ ਆ ਫਲਾ ਰਾਮ ਆ, ਇੰਗਲ ਇਸ ਤਲੇ ਦਾ, ਆਲਾ ਵਸਤੀ, ਉਹਦਾ ਵਸਤੀ, ਅੰਮ੍ਰਿਤ ਇਸ ਤਲੇ ਦਾ ਵਸਤੀ। ਉਹ ਮੈਨੂੰ ਕਹਿੰਦਾ ਕਾਮੇ ਨੇ ਲੈ ਗਿਆ ਮੈਨੂੰ ਇਕੋਨਮੀ ਕਲਾਸ ਚੋਂ, ਲੈ ਗਿਆ ਕਹਾਂ ਅੱਗੇ ਤੇ ਲਿਜਾ ਕੇ ਅੱਗੇ ਇਸਦਾ ਨਾ ਜਹਾਜ਼ ਦੇ ਅੱਗੇ ਕੋਕਪੈਟ ਦੇ ਕੋਲ ਜਾ, ਮੇਰੇ ਮੂੰਹ ਤੇ ਮਾਈਕ ਲਾਤਾ, ਮੈਨੂੰ ਕਹਿੰਦੇ ਸਪੀਕ, ਮੈਂ ਕਿਹਾ ਮੈਨੂੰ ਵੀਸਾ ਲਾ ਲੰਗ ਲਿਸਤੇ ਆਹਾ, ਇੰਦਰ ਇਸਤੇ ਲਾ ਲਾ, ਇੰਦਰ ਹਸਤਾ, ਆਰਾ ਹੁਸਤੇ ਲਾ ਲਾ, ਇੰਦਰ ਕਿਸਤੇ ਲਾ ਲਾ, ਆਲਾ ਹਿਸਤੇ ਲਾ ਲਾ ਬਲ ਉਸਤੇ। ਹੁਣ ਇਹ ਮੇਰੀ ਆਵਾਜ਼ 'ਚ ਸਾਰੇ ਜਹਾਜ਼ 'ਚ ਅਨਾਊਂਸਮੈਂਟ ਹੋ ਗਈ, ਬਾਅਦ 'ਚੋਂ ਅੰਗਰੇਜ਼ੀ 'ਚ ਅਨਾਊਂਸਮੈਂਟ ਕਰਦੇ ਫਿਰਨ, ਵੀ ਜਿਹੜਾ ਬੰਦਾ ਇਸ ਲੈਂਗੁਏਜ ਨੂੰ ਸਮਝਦਾ ਹੋਵੇ ਇਮੀਡੀਏਟਲੀ ਸਾਡੇ ਨਾਲ ਕੰਟੈਕਟ ਕਰੇ, ਕੋਈ ਲੈਂਗੁਏਜ ਹੋਵੇ ਤਾਂ ਕੰਟੈਕਟ ਕਰੇ, ਉਹ ਤਾਂ ਮੈਥੋਂ ਨਹੀਂ ਦੁਬਾਰੇ ਬੋਲੀ ਜਾਂਦੀ ਸੀ ਉਮ ਜਿਵੇਂ। ਪਰ ਮੈਂ ਇੱਕ ਅੱਖਰ ਰੱਖਿਆ ਸੀ ਐਂਡ ਵਾਲਾ ਬਲਬੋਸਤੀ, ਵੀ ਤਾਂ ਕਿ ਉਹਨਾਂ ਨੂੰ ਇਹ ਲੱਗੇ ਇੱਕ ਗੱਲ 'ਤੇ ਅੜਿਆ ਹੋਇਆ ਯਾਰ। ਅਤੇ ਜਿਹੜੇ ਮੇਰੇ ਨਾਲ ਦੇ ਸੀ ਉਹ ਮੈਂ ਪਹਿਲੀ ਉਹਨੂੰ ਕਹਿੰਦਾ ਸੀ ਤੁਸੀਂ ਬੋਲਣਾ ਹੀ ਨਹੀਂ, ਲਓ ਜੀ ਪੈ ਗਿਆ ਪੰਗਾ ਮੈਨੂੰ, ਮੈਨੂੰ ਕਹਿੰਦਾ ਓਕੇ ਵੇਅਰ ਯੂਰ ਲੱਗੇਜ, ਅੱਗੇ ਰਿਸ਼ਤਾ, ਵੇਅਰ ਇਜ਼ ਯੂਅਰ ਲੱਗੇਜ, ਮੈਂ ਕਿਤੇ ਲਿਸਤਾ, ਵੀ ਆਹ ਪਿਆ ਟਿਕਟ ਆ ਸੁੱਟ ਕੇ ਚੱਕਿਆ, ਫਸਟ ਕਲਾਸ 'ਚ ਲੈ ਗਏ ਜੀ ਮੈਨੂੰ, ਪਹਿਲੀ ਵਾਰ ਫਸਟ ਕਲਾਸ, ਬਾਡੀ ਬੋਡੀ ਸੀਟ ਹੋ ਗਈ, ਸੇਵਾ ਸ਼ੁਰੂ ਮੇਰੀ, ਫਿਰ ਮਿਲਕ ਕੇਕ, ਪਤਾ ਨਹੀਂ ਸਟ੍ਰਾਬੇਰੀ, ਪਤਾ ਨਹੀਂ ਕੀਵੀ ਕੁਵੀ ਜਾਂ ਕੀ ਆਏ ਬਈ, ਇੱਕ ਪਰਚੀ ਆਈ ਪਿੱਛੋਂ ਹੀ,
ਉਹ ਕਹਿੰਦੀ ਯੂਰ ਕੋਪ ਸੈਂਜਰ ਹੈ ਸੈਂਡ ਇਟ ਫੋਰ ਯੂ। ਪੰਜਾਬੀ 'ਚ ਲਿਖਿਆ ਹੋਇਆ ਹਰਭਜਨ ਮਾਨ ਨੇ, ਯਾਰ ਸਾਨੂੰ ਵੀ ਇੱਥੇ ਹੀ ਬੁਲਾ ਲਾ। ਮੈਂ ਉਸੇ ਪਰਚੀ ਦੇ ਪਿੱਛੇ ਫਿਰ ਪੰਜਾਬੀ 'ਚ ਲਿਖਤਾ, ਮੈਂ ਕਿਹਾ ਸੋਰੀ ਵੀਰੇ, ਇਹ ਮੇਰੀ ਮਿਹਨਤ ਦੀ ਕਮਾਈ ਹੋਈ ਸੀ। ਲਓ ਜੀ ਹੋ ਗਈ ਸੇਵਾ ਸ਼ੁਰੂ ਮੇਰੀ, ਤੇ ਹਰੇਕ ਆਉਂਦੀ ਜਾਂਦੀ ਏਅਰ ਹੋਸਟਸ ਮੈਨੂੰ ਪੁੱਛ ਕੇ ਜਾਇਆ ਕਰੇ, ਆਰ ਯੂ ਓਕੇ ਨਾਓ। ਮੈਂ ਕਿਹਾ ਬੋਲੋਸਤੀ ਵੀ ਠੀਕ ਠੀਕ ਜਿਹੀ ਆ। ਸੱਤ ਅੱਠ ਘੰਟੇ ਸੌਂ ਗਏ, ਆਰਾਮ ਨਾਲ ਜਹਾਜ਼ ਉੱਤਰ ਗਿਆ। ਉਦੋਂ ਬਾਅਦ ਜਦੋਂ ਮੈਂ ਉਤਰਿਆ, ਜਦੋਂ ਗੇਟ 'ਤੇ ਉਹ ਕਹਿੰਦੇ ਨਾ ਵੀ ਥੈਂਕ ਯੂ ਫੋਰ ਫਲਾਇੰਗ ਵਿਦ ਅਸ, ਕਹਿੰਦੇ ਉਹ ਆਪ ਕਹਿੰਦੇ ਕਹਿੰਦੇ ਬਲਵਸਤੇ, ਫਰਾਂਸ ਵਾਲੇ ਬਲਵਸਤੇ ਕਰ ਲੈਂਦੇ ਮੈਂ। ਸੋ ਦੈਟਸ ਕਾਲਡ ਕੌਨਫੀਡੈਂਸ। ਹਰ ਲੈਂਗੁਏਜ ਦੇ ਵਿੱਚ 70% ਬੋਡੀ ਲੈਂਗੁਏਜ ਹੁੰਦੀ ਹੈ, ਬਾਕੀ ਉਹਦੀ ਸ਼ਬਦਾਵਲੀ ਹੁੰਦੀ ਹੈ। ਸੋ ਕੌਨਫੀਡੈਂਸ ਰੱਖਣਾ। ਪਤਾ ਨਹੀਂ ਕਿਹੜੇ ਜਹਾਜ਼ 'ਚ ਤੁਹਾਨੂੰ ਭੁੱਖੇ ਮਰਨਾ ਪੈ ਸਕਦਾ ਹੈ ਲੈਂਗੁਏਜ ਕਰਕੇ, ਪਤਾ ਨਹੀਂ ਕਿਹੜੇ ਜਹਾਜ਼ 'ਚ ਤੁਹਾਨੂੰ ਪਾਇਲਟ ਬਣਨਾ ਪੈ ਸਕਦਾ ਹੈ। ਸੋ ਮੈਂ ਤਾਂ ਇਹੀ ਕਹੂੰਗਾ ਕਿ ਬੰਦਾ ਵੱਡਾ ਸਾਲਾਂ ਨਾਲ ਨਹੀਂ ਹੁੰਦਾ, ਕਿ ਫਲਾਣਾ 90 ਸਾਲ ਦਾ ਬਹੁਤ ਵੱਡਾ, ਬੰਦਾ ਵੱਡਾ ਸਾਲਾਂ ਨਾਲ ਨਹੀਂ ਹੁੰਦਾ, ਬੰਦਾ ਵੱਡਾ ਖਿਆਲਾਂ ਨਾਲ ਹੁੰਦਾ ਜੀ। 90 ਸਾਲ ਦੇ ਬਜ਼ੁਰਗ ਮਰਦੇ ਨੇ ਰੋਜ਼, ਕਿਸੇ ਦਾ ਨਾਂ ਨਹੀਂ ਜਾਣਦੇ। 23 ਸਾਲ ਦਾ ਵੱਡੇ ਖਿਆਲਾਂ ਦਾ ਬੰਦਾ ਸ਼ਹੀਦ ਹੋਇਆ ਸੀ ਭਗਤ ਸਿੰਘ, ਕਦੇ ਮਰਦੇ ਨਹੀਂ। ਸੋ ਆਪਣੇ ਮਾਪਿਆਂ ਦੀ ਇੱਜ਼ਤ ਕਰਨੀ ਹੈ, ਆਪਣੇ ਪੇਰੈਂਟਸ ਦੀ ਇੱਜ਼ਤ ਕਰਨੀ ਹੈ, ਆਪ ਤੋਂ ਵੱਡਿਆਂ ਦੀ ਇੱਜ਼ਤ ਕਰਨੀ ਹੈ। ਆਪਦੇ ਆਪ ਨੂੰ ਕਦੇ ਵੀ ਐਂ ਨਹੀਂ ਕਹਾਉਣਾ ਕਿ ਮੈਂ ਇਹ ਤੋਂ ਵੱਡਾ, ਠੀਕ ਹੈ ਨਾ। ਸੋ 550ਵਾਂ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਉਹ ਉਸ ਗੁਰੂ ਦਾ ਜਿਹਨੇ ਕਿਹਾ ਸੀ ਮਿੱਠਤ ਨੀਵੀਂ ਨਾਨਕਾ ਗੁਣ ਚ ਗਈ ਤੱਕ, ਜਿਹਨੇ ਕਿਹਾ ਸੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾਰ, ਜਿਹਨੇ ਕਿਹਾ ਸੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਸੋ ਆਮ ਘਰਾਂ ਚੋਂ ਨਿਕਲਿਆ, ਅੱਜ ਵੀ ਉੱਥੇ ਹਾਂ। ਜਹਾਜ਼ ਦੇ ਇੰਜਣਾਂ 'ਚ ਬਹੁਤ ਤਾਕਤ ਹੁੰਦੀ ਹੈ, ਰਨਵੇ ਜਿਹੜਾ ਉਹ ਉਹਨੂੰ ਉਡਾਉਂਦਾ ਨਹੀਂ, ਉਹ ਉੱਡਣ ਦਾ ਮੌਕਾ ਦਿੰਦਾ। ਪਰ ਜਦੋਂ ਜਹਾਜ਼ ਉੱਡ ਜਾਂਦਾ, ਜੇ ਜਹਾਜ਼ ਹੰਕਾਰ ਕਰ ਜੇ ਲੈ ਉਹ ਰਹਿ ਗਿਆ ਥੱਲੇ, ਮੈਂ ਉੱਚਾ ਹੋ ਗਿਆ, ਫਿਰ ਉਹਨੂੰ ਗਲਤ ਫਹਿਮੀ 'ਚ ਆਓ, ਉਤਰਨਾ ਵੀ ਹੁੰਦਾ, ਉਹਦੇ ਵਾਸਤੇ ਵੀ ਰਨਵੇ ਚਾਹੀਦਾ। ਜਦੋਂ ਵੀ ਪਲੇਨ ਕਰੈਸ਼ ਹੋਇਆ ਕਿਤੇ, ਜਹਾਜ਼ ਡਿੱਗਿਆ, ਸਭ ਤੋਂ ਪਹਿਲੀ ਖ਼ਬਰ ਇਹ ਆਉਂਦੀ ਹੈ 2:11 ਪਰ ਇਸਕਾ ਧਰਤੀ ਸੇ ਸੰਪਰਕ ਟੁੱਟ ਗਿਆ। ਜਿਨ੍ਹਾਂ ਦਾ ਧਰਤੀ ਤੋਂ ਆਪਦੀਆਂ ਜੜ੍ਹਾਂ ਤੋਂ ਸੰਪਰਕ ਟੁੱਟ ਜਾਂਦਾ ਨਾ, ਫਿਰ ਉਹ ਟੁਕੜਿਆਂ 'ਚ ਲੱਭਦੇ ਆ ਜੀ, ਟੁਕੜਿਆਂ 'ਚ ਵੀ ਆਹ 3 ਟੁਕੜੇ ਉਹ ਪੈਣ ਤਿੰਨ। ਸੋ ਆਪਣੀਆਂ ਜੜ੍ਹਾਂ ਨਾਲ ਜ਼ਰੂਰ ਜੁੜੇ ਰਹੋ, ਮਾਂ ਬੋਲੀ ਨਾਲ ਜੁੜੇ ਰਹੋ। ਸਿੱਖੋ ਜਿਹੜੀ ਮਰਜ਼ੀ ਜ਼ੁਬਾਨ, ਪਰ ਆਪਣੀ ਮਾਂ ਬੋਲੀ ਦੀ ਕੀਮਤ 'ਤੇ ਨਾ ਸਿੱਖੋ। ਪੰਜਾਬੀ ਸਾਡੇ ਕੋਲ ਐਡੀ ਵੱਡੀ ਜ਼ੁਬਾਨ ਹੈ, ਜਿਸ ਤਰ੍ਹਾਂ ਮੈਡਮ ਨੇ ਕਿਹਾ ਸੀਗਾ ਕਿ ਹਰ ਮੌਕੇ 'ਤੇ ਸਾਨੂੰ ਗੀਤ ਲੱਭ ਜਾਂਦਾ। ਹੁਣ ਭੈਣ ਵਿਆਹ, ਹੁਣ ਤਾਂ ਵਿਆਹਾਂ ਦਾ ਰਿਵਾਜ਼ ਹੋਰ ਹੀ ਤਰ੍ਹਾਂ ਦਾ ਹੋ ਗਿਆ। ਭੈਣਾਂ ਅੱਜ ਮਾਲਵੇ ਦੇ ਪਿੰਡਾਂ 'ਚ ਤਾਂ ਹਜੇ ਵੀ ਚੱਲਦਾ, ਭੈਣਾਂ ਜਿਸ ਦਿਨ ਸ਼ਗਨ ਪੈ ਰਿਹਾ ਤਾਂ ਆਪਣੇ ਭਰਾ ਦੀ ਤਾਰੀਫ ਕਰਦੀਆਂ ਨੇ। ਕੁਝ ਕੀ ਹੈ ਤਾਂ ਭਰਾ ਦੀ ਤਾਰੀਫ,
ਉੱਚਾ ਲੰਮਾ ਗੱਭਰੂ ਵੀਰਾਂ ਸੀਟੀ ਵਰਗਾ ਵੇ ਬੋਲ ਪੰਚਾਂ ਵਰਗੀ ਬੈਠਣੀ ਵੇ ਤੇਰੀ ਹਾਕਮਾਂ ਵਰਗੀ ਵੇ ਵੀਰ ਸਲਖਣਿਆ ਤੋਰ ਪੰਚਾਂ ਵਰਗੀ ਬੈਠਣੀ ਹਾਕਮਾਂ ਵਰਗੀ ਤੋਰ ਮਤਲਬ ਭਰਾ ਤੇ ਕਮਾਨ ਇਹ ਮਿਲਦਾ ਜੀ ਕਿਤੇ ਵਿਰਸੇ 'ਚ ਕਿਤੇ ਕਿਆ ਕੱਲ ਅਸੀਂ ਭੁੱਲ ਹੀ ਗਏ ਹੋਰ ਹੀ ਕਿਧਰੇ ਜਾ ਵੜਿਆ ਸੀ ਸੋ ਆਪਣੇ ਵਿਰਸੇ ਵੱਲ ਵਾਪਸ ਆਉਣਾ ਪਊਗਾ ਆਉਣਾ ਪਊਗਾ ਹੋਰ ਹੱਲ ਹੀ ਕੋਈ ਨਹੀਂ ਰਸੂਲ ਹਮਜ਼ਾ ਤੋਂ ਦੀ ਕਿਤਾਬ ਹੈ ਮੇਰਾ ਦਾਗਿਸਤਾਨ ਉਹ 'ਚ ਉਹਨੇ ਇਹੀ ਲਿਖਿਆ ਸੋ ਮਾਂ ਬੋਲੀ ਤੋਂ ਕਹਿੰਦੇ ਵੀ ਜੇ ਕਿਸੇ ਨੂੰ ਸਭ ਤੋਂ ਵੱਡੀ ਅਸੀਸ ਦੇਣੀ ਹੈ ਤਾਂ ਉਹਨੂੰ ਕਹੋ ਕਿ ਤੇਰੀ ਉਮਰ ਲੋਕ ਗੀਤ ਜਿੱਡੀ ਹੋਵੇ ਜੇ ਸਭ ਤੋਂ ਵੱਡੀ ਬਦਦੁਆ ਦੇਣੀ ਹੈ ਤੁਹਾਨੂੰ ਕਹੋ ਜਾਂ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਏ ਇੱਦੋਂ ਵੱਡੀ ਬਦਦੁਆ ਨਹੀਂ ਹੈਗੀ ਜੀ ਸੋ ਆਪਾਂ ਆਪ ਹੀ ਭੁੱਲ ਜਾਂਦੇ ਹਾਂ ਪਤਾ ਨਹੀਂ ਕਿਉਂ ਆਪਾਂ ਆਟੋ ਲੈਂਗੁਏਜ 'ਤੇ ਲੱਗੇ ਹੋਏ ਹਾਂ ਚੰਗੇ ਭਲੇ ਕਾਰ 'ਚ ਬੈਠੇ ਪੰਜਾਬੀ 'ਚ ਗੱਲਾਂ ਮਾਰਦੇ ਦਿੱਲੀ ਨੂੰ ਜਾਂਦੇ ਹੁੰਦੇ ਹਾਂ ਅੰਬਾਲੇ ਕੋਲ ਜਾ ਕੇ ਆਪ ਹੀ ਹਿੰਦੀ 'ਚ ਹੋ ਜਾਂਦੇ ਆਟੋਮੈਟਿਕਲੀ ਕਿਹੜਾ ਕਿਸੇ ਨੇ ਕਿਹਾ ਠੀਕ ਹੈ ਨਾ ਸੋ ਉਹ ਬੋਲੀ ਜਿਹਦੇ ਵਿੱਚ ਤੁਸੀਂ ਲੋਰੀਆਂ ਲਈਆਂ ਨੇ ਉਹ ਬੋਲੀ ਜਿਹਦੇ ਵਿੱਚ ਜੋ ਦੁਨੀਆਂ ਤੋਂ ਜਾਓਗੇ ਤਾਂ ਬੈਣ ਪੈਣਗੇ ਉੱਥੋਂ ਤੱਕ ਤੁਹਾਡੇ ਨਾਲ ਚੱਲੂਗੀ ਤੁਸੀਂ ਉਹਦੇ ਨਾਲ ਚੱਲੋ ਨਾ ਚੱਲੋ ਉਹ ਜ਼ਰੂਰ ਚੱਲੂਗੀ ਸੋ ਅਸੀਂ ਤਾਂ ਮਾਂ ਬੋਲੀ ਦੇ ਉਪਾਸ਼ਕ ਹਾਂ ਪੜ੍ਹਦੇ ਰਹੇ ਹਾਂ ਗਾਉਂਦੇ ਰਹੇ ਹਾਂ ਜਿਸ ਤਰ੍ਹਾਂ ਮੈਡਮ ਨੇ ਕਿਹਾ ਸੀਗਾ ਆ ਨਾਲ ਹੀ ਪਿੰਡ ਹੈ ਰਾਏਸਰ ਸੰਤ ਰਾਮ ਉਦਾਸੀ ਜੀ ਦਾ ਗਰੀਬਾਂ ਦੇ ਦੱਬੇ ਕੁਚਲੇ ਲੋਕਾਂ ਦੇ ਸ਼ਾਇਰ ਸੋ ਮੈਂ ਆਖਿਰ ਦੇ ਵਿੱਚ ਕਿਉਂਕਿ ਅੱਜ ਚਿਲਡਰਨ ਡੇ ਹੈ ਬਟ ਬਹੁਤ ਸਾਰੇ ਹੋਰ ਵੀ ਇਵੈਂਟਸ ਨੇ ਉਹ ਸੁਣਾ ਕੇ ਤੁਹਾਨੂੰ ਜੇ ਇਜਾਜ਼ਤ ਦੇਵਾਂ ਤਾਂ ਮੈਂ ਜਿਹੜੀ ਮੈਂ ਕਾਲਜ 'ਚ ਸੁਣਾਉਂਦਾ ਹੁੰਦਾ ਸੀ ਕਿਉਂਕਿ ਮੇਰੇ ਵੀ ਸਕੂਲ ਕਾਲਜ ਵਾਲੇ ਦਿਨ ਯਾਦ ਆ ਜਾਂਦੇ ਆ ਜਦੋਂ ਪੁਰਾਣਾ ਗਾਣਾ ਪੁਰਾਣਾ ਖਾਣਾ ਇਹ ਕਿਤੇ ਯਾਦ ਆ ਜਾਣ ਤਾਂ ਫਿਰ ਇੱਥੋਂ ਲੂੰ ਕੰਢੇ ਖੜ੍ਹੇ ਹੁੰਦੇ ਆ ਫਿਰ ਠੀਕ ਹੈ ਨਾ ਪੁਰਾਣਾ ਦੋਸਤ ਹਾਂਜੀ ਫੁਲਕਾਰੀ ਪ੍ਰੋਗਰਾਮ ਪੰਜਾਬ ਗੁਰੂ ਤੇਗ ਬਹਾਦਰ ਹਾਲ 'ਚ ਖੜ੍ਹੇ ਇੱਥੇ ਮੇਰੇ ਨਾਲ ਕਿਹੜਾ ਇੱਕ ਅੱਧੀ ਕੁੱਤੇ ਖਾਣੀ ਹੋਈ ਹੈ ਐਸ ਡੀ ਕਾਲਜ 'ਚ ਯੂਥ ਫੈਸਟੀਵਲ 90 ਜੀ ਰਜੇਸ਼ ਪਾਇਲਟ ਨੇ ਹੋਣਾ ਸੀ ਸੀ ਆਰ ਪੀ ਲੱਗੀ ਹੋਈ ਰੇਲਵੇ ਲਾਈਨ 'ਤੇ ਬੈਠੇ ਅੰਦਰ ਨਾ ਜਾਣ ਦੇਣ ਸੀ ਆਰ ਪੀ ਵਾਲੇ ਉਹ ਗਾਂ ਛੱਡਿਆ ਕਰਨ ਫਿਰ ਉਹਨਾਂ ਦੇ ਮਗਰੀ ਆ ਜਾ ਕਰੀਏ ਮਤਲਬ ਕਾਫੀ ਜੱਦੋਜਹਿਦ ਕਰਦੀ ਪਈ ਫਿਰ ਸਾਨੂੰ ਪ੍ਰੋਗਰਾਮ ਦਾ ਜਾ ਲੈਣ ਦਿਓ ਸੋ ਪਰ ਅੱਜ ਜਦੋਂ ਐਸ ਟੀ ਕਾਲਜ ਮੂਰਤੀ ਲੰਘਦੇ ਹਾਂ ਜਾਂ ਉਸੇ ਐਸ ਟੀ ਕਾਲਜ ਦੇ ਵਿੱਚ ਜਾਂਦੇ ਹਾਂ ਤਾਂ ਅੱਜ ਵਧੀਆ ਲੱਗਦੇ ਉਹ ਡੰਡੇ ਹਮੇਸ਼ਾ ਬੰਦਾ ਆਪਣੇ ਪਾਸਟ ਨੂੰ ਇੰਜੋਏ ਕਰਦਾ ਹੁੰਦਾ ਸੋ ਜਦੋਂ ਗਾਉਂਦੇ ਸੀ ਮੈਂ ਕਰਮਜੀਤ ਅਨਮੋਲ ਅਸੀਂ ਕੰਪੀਟੀਸ਼ਨ 'ਚ ਜਾਂਦੇ ਸੀ ਹੁਣ ਮੁਕਾਬਲਾ ਮੇਰਾ ਕਿਹਦੇ ਹੁੰਦਾ ਸੀ ਮੈਨੂੰ ਤਾਂ ਹਮੇਸ਼ਾ ਔਖੇ ਹੀ ਮੁਕਾਬਲੇ ਮਿਲੇ ਨੇ ਮੈਨੂੰ ਨਹੀਂ ਕਦੇ ਸੌਖਾ ਮਿਲਿਆ ਬਈ ਮੁਕਾਬਲਾ ਕੀਰਤਨ ਉਦਾਸੀ ਉਦਾਸੀ ਸਾਹਿਬ ਦੀ ਬੇਟੀ ਮਸਤੋਲ ਕਾਲਜ ਵੱਲੋਂ ਹੁਣ ਫਰਕ ਹੈ ਜੀ ਉਹਦੇ ਬਾਪੂ ਦਾ ਲਿਖਿਆ ਗਾ ਰਹੇ ਹੋ ਉਹ ਵੀ ਆਪਦੇ ਬਾਪੂ ਦਾ ਲਿਖਿਆ ਗਾ ਰਹੀ ਹੈ ਥੋੜ੍ਹਾ ਪੈਂਦਾ ਫਰਕ ਉਹ ਬੜਾ ਪੰਗਾ ਪੈ ਗਿਆ ਮੈਂ ਹਾਰ ਜਿਆ ਕਰਾਂ ਮੈਂ ਕਰਮਜੀਤ ਨੂੰ ਕਿਹਾ ਯਾਰ ਕਰਮਜੀਤ ਕੋਈ ਤਰਜ ਤੁਰਜ ਬਣਾਈਏ ਹੋਏ ਐਂ ਤਾਂ ਸਿੱਧਾ ਨਹੀਂ ਗੱਲ ਬਣਨੀ ਤਾਂ ਐਂ ਨਹੀਂ ਹਾਰ ਸਕਦੇ ਆਪਾਂ ਤੋਂ ਤਰਜ ਬਣਾਈ ਫਿਰ ਬਸ ਉਦੋਂ ਬਾਅਦ ਫਿਰ ਆਪਾਂ ਨਹੀਂ ਹਾਰੇ ਕੀ ਸੀਗੀ ਤਰਜ
ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਨੀ ਮਾਂ ਧਰਤੀ ਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੋਂਦੀਆਂ ਤੇ ਦੰਦ ਕਰੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸੀਰੀਏ ਟਕਿਆਂ ਦੀ ਮੀਰੀ ਪੀਰੀਏ ਜਿੱਥੇ ਕਰਜ਼ੇ ਹੇਠ ਪੰਜੀਰੀਏ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ।